ਉਤਾਂ ਬਹੁਤ ਬਰਕਤ ਹੋਈ ਭਾਈ ਕਸ਼ਮੀਰ ਹੋਣਾ ਦੇ ਲਈ ਉਹਨਾਂ ਦੀ ਚਰਚ ਦੇ ਲਈ ਇਸ ਇੰਤਜ਼ਾਮ ਦੇ ਲਈ ਜੋ ਉਹਨਾਂ ਨੇ ਕੀਤਾ ਥੋੜ੍ਹਾ ਝਾਕਾ ਲੱਗਦਾ ਹੈ ਕਿਉਂਕਿ ਪਹਿਲੀ ਵਾਰੀ ਇੱਦਾਂ ਇੰਨੇ ਲੋਕਾਂ ਦੇ ਸਾਹਮਣੇ ਔਰ ਆਪਣੇ ਸਿੱਖ ਭਾਈਆਂ ਦੇ ਸਾਹਮਣੇ ਖੜੇ ਹੋਣਾ ਮੈਨੂੰ ਉਮੀਦ ਹੈ ਕਿ ਤੁਸੀਂ ਸਭ ਬਚਨ ਦਾ ਰਿਸਪੋਂਸ ਦੇਵੋਗੇ ਹਾਲੇਲੂਇਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਦੇਖੋ ਸਾਨੂੰ ਪਤਾ ਹੈ ਕਿ ਅਸੀਂ ਕਿਹੜੇ ਸਮੇਂ 'ਚ ਹਾਂ ਔਰ ਜੋ ਮੈਂ ਪ੍ਰਚਾਰ ਕਰਨ ਲੱਗਾ ਪ੍ਰਭੂ ਨੇ ਜੋ ਮੈਨੂੰ ਪ੍ਰੇਰਨਾ ਦਿੱਤੀ ਮੈਂ ਬੋਲਾਂਗਾ ਕਿਉਂਕਿ ਅਸੀਂ ਸਭ ਕਹਿੰਦੇ ਕਿ ਅਸੀਂ ਐਂਡ ਟਾਈਮ ਮੈਸੇਜ ਦੇ ਹਾਂ ਐਂਡ ਟਾਈਮ ਦਾ ਮੈਸੇਜ ਦਾ ਮਤਲਬ ਕਿ ਅੰਤ ਸਮੇਂ ਦਾ ਸੰਦੇਸ਼ ਹਾਲੇਲੂਇਆ ਹਰ ਇੱਕ ਚੀਜ਼ ਰੁੱਤ ਦੇ ਮੁਤਾਬਕ ਹੋਣੀ ਚਾਹੀਦੀ ਹੈ ਮੰਨ ਲਓ ਅਗਰ ਉਹ ਸਮਾਂ ਹੁੰਦਾ ਜਦੋਂ ਨੂੰ ਟਾਈਮ ਉੱਤੇ ਬਾਰਿਸ਼ ਆਉਣ ਵਾਲੀ ਹੈ ਔਰ ਅਗਰ ਸਾਨੂੰ ਉਸ ਟਾਈਮ ਤੇ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਕੀ ਕਰਦੇ ਇਹੀ ਕਰਨਾ ਸੀਗਾ ਕਿ ਆਓ ਕਿਸ਼ਤੀ 'ਚ ਆਓ ਕਿਉਂਕਿ ਬਾਰਿਸ਼ ਹੋਣ ਵਾਲੀ ਹੈ ਅਗਰ ਇਸ ਤੋਂ ਇਲਾਵਾ ਕੁਛ ਹੋਰ ਪ੍ਰਚਾਰ ਕਰਦੇ ਤੇ ਆਊਟ ਆਫ ਸੀਜ਼ਨ ਹੁੰਦਾ ਰੁੱਤ ਦੇ ਬਾਹਰ ਇਸ ਲਈ ਜ਼ਰੂਰੀ ਹੈ ਕਿ ਰੁੱਤ ਦੇ ਮੁਤਾਬਕ ਪ੍ਰਚਾਰ ਕੀਤਾ ਜਾਵੇ ਤਾਂ ਲੋਕ ਸਮੇਂ ਦੇ ਵਾਤਾਵਰਨ ਨੂੰ ਫੜਨ ਮੇਰੀ ਇੱਕ ਬੇਨਤੀ ਹੈ ਹੋ ਸਕਦਾ ਮੈਸੇਜ ਲੰਬਾ ਹੋਏ ਮੈਨੂੰ ਨਹੀਂ ਪਤਾ ਕਿੰਨਾ ਟਾਈਮ ਲੱਗਣਾ ਹੈ ਕਿਉਂਕਿ ਤੁਸੀਂ ਮੈਨੂੰ ਲੱਗਦਾ ਕਿ ਸ਼ਾਇਦ ਅੱਜ ਹੀ ਤਿਆਰ ਹੋ ਕੇ ਆਏ ਹੋਵੋਗੇ ਬੰਦਗੀ ਲਈ ਮੈਂ 6 ਤਰੀਕ ਦਾ ਤਿਆਰ ਹੋਣ ਡਿਆ ਰਾਤ ਵੀ ਮੈਂ 1:30 ਵਜੇ ਸੁੱਤਾ ਇਸ ਬੋਝ ਦੇ ਨਾਲ ਕਿ ਸਾਨੂੰ ਪਤਾ ਕਿ ਕੋਈ ਪੋਲੀਟੀਕਲ ਸਟੇਜ ਨਹੀਂ ਹੈ ਜਿੱਥੇ ਕੁਛ ਵੀ ਬੋਲ ਦਿੱਤਾ ਜਾਏ ਸਮੇਂ ਦੇ ਸੰਦੇਸ਼ ਦੇ ਲੋਕ ਹਨ ਉਹ ਲੋਕ ਜਿਨ੍ਹਾਂ ਦੇ ਲਈ ਖੁਦ ਪਰਮੇਸ਼ੁਰ ਨੇ ਆਪ ਆਪਣਾ ਲਹੂ ਵਹਾਇਆ ਉਹਨਾਂ ਨੂੰ ਕਹਾਣੀਆਂ ਦੱਸੀਆਂ ਜਾਣ ਚੁਟਕਲੇ ਨਾਲ ਸੁਣਾਏ ਜਾਣ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਜਿਹੜਾ ਉਹ ਉਠਾਏ ਜਾਣ ਦੇ ਲਈ ਤਿਆਰ ਕਰਨ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਰਿਸਪੋਂਸ ਦੇਵੋਗੇ ਜਿੱਦਾਂ ਸਾਡੇ ਬੱਚੇ ਨੂੰ ਵੀ ਸਾਡੇ ਸਾਹਮਣੇ ਕੋਈ ਅੰਕਲ ਚੋਕਲੇਟ ਦੇਵੇ ਕੋਈ ਚੀਜ਼ ਦੇਵੇ ਅਸੀਂ ਫਟਾਫਟ ਕਹਿੰਦੇ ਬੇਟਾ ਅੰਕਲ ਕੋ ਥੈਂਕ ਯੂ ਬੋਲੋ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਸਾਨੂੰ ਪਤਾ ਥੈਂਕ ਯੂ ਬੋਲਣਾ ਚਾਹੀਦਾ ਹੈ ਜੇ ਤੁਹਾਨੂੰ ਲੱਗੇ ਕਿ ਮੈਸੇਜ ਦੇ ਵਿੱਚੋਂ ਗੱਲ ਕਰ ਰਿਹਾ ਮੈਂ ਈਸ਼ਵਰ ਕੀ ਪਿਤਾ ਨੂੰ ਆਮੀਨ ਬੋਲ ਕੇ ਥੈਂਕ ਯੂ ਕਰ ਸਕਦਾ ਹਾਲੇਲੂਇਆ ਆਓ ਇਸ ਤੋਂ ਪਹਿਲੇ ਕਿ ਬੱਚੇ ਨੂੰ ਪੜ੍ਹੀਏ ਲੋਕਡਾਊਨ ਖੁੱਲਿਆ ਹੈ ਪਹਿਲੀ ਮੀਟਿੰਗ ਹੈ ਕਨਵੈਨਸ਼ਨ ਉਹ ਮੈਨੂੰ ਉਮੀਦ ਹੈ ਤੁਸੀਂ ਤੁਹਾਨੂੰ ਮਿਲੇ ਹਾਲੇਲੂਇਆ ਆਮੀਨ ਆਓ ਆਪਣੇ ਸਿਰਾਂ 'ਚ ਖੁੰਝੀਏ ਖੁਦਾਵੰਦ ਯਿਸੂ ਮਸੀਹ ਤੇਰੀਆਂ ਯੋਜਨਾਵਾਂ ਮਹਾਨ ਹਨ ਤੂੰ ਅਲੌਕਿਕ ਹੈ ਸੱਚਮੁੱਚ ਤੂੰ ਜੋ ਠਾਣਦਾ ਹੈ ਉਹਨੂੰ ਪੂਰਾ ਕਰਦਾ ਹੈ ਔਰ ਤੇਰੀ ਯੋਜਨਾ ਹੈ ਸਾਡਾ ਇੱਥੇ ਇਕੱਠੇ ਹੋਣਾ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਦੇਖ ਰਿਹਾ ਹਾਂ ਜਿਹੜੇ ਦੂਰ ਤੋਂ ਸਫ਼ਰ ਕਰਕੇ ਆਏ ਕਿਰਾਏ ਖਰਚ ਕੇ ਆਏ ਇੰਨਾ ਇੰਤਜ਼ਾਮ ਕੀਤਾ ਗਿਆ ਖੁੱਲਣ ਦੇ ਖੁਦਾਵੰਦ ਜਦੋਂ ਵਾਪਸ ਆ ਤੂੰ ਕਹਿ ਸਕਣ ਕਿ ਸੱਚਮੁੱਚ ਜਦੋਂ ਬੋਲਦਾ ਸੀ ਕਿ ਸਾਡੇ ਦਿਲ ਗਰਮ ਨਹੀਂ ਸੀ ਹੋ ਰਹੇ ਇੱਕ ਮਨੁੱਖ ਨੂੰ ਲਾਂਭੇ ਹਟਾ ਕਿਉਂਕਿ ਮੈਂ ਛੋਟਾ ਹਾਂ ਕਮਜ਼ੋਰ ਹਾਂ ਕੁਛ ਵੀ ਨਹੀਂ ਪ੍ਰਭੂ ਵਧੀਆ ਭਾਈ ਮੇਰੇ ਲਾਗੇ ਖੜੇ ਹਨ ਪ੍ਰਭੂ ਉਹਨਾਂ ਦੇ ਇਸ ਵੱਡੇ ਆਦਰ ਦੇ ਲਈ ਜੋ ਉਹਨਾਂ ਨੇ ਇੰਨੀ ਸੇਵਕਾਈ ਹੋਣ ਦੇ ਬਾਵਜੂਦ ਐਕਸਪੀਰੀਅੰਸ ਹੋਣ ਦੇ ਬਾਵਜੂਦ ਇੱਕ ਛੋਟੀ ਸੇਵਕ ਨੂੰ ਸੁਣਨ ਲਈ ਆਏ ਪ੍ਰਭੂ ਉਹਨਾਂ ਦੇ ਨਮਰ ਹਿਰਦੇ ਨੂੰ ਬਹੁਤ ਬਰਕਤ ਦੇ ਤੇਰੇ ਚ ਹੋਰ ਮਜ਼ਬੂਤ ਹੋਣ ਤੇ ਉਹਨਾਂ ਦੇ ਬਲ ਨੂੰ ਨਵਾਂ ਕਰਨਾ ਜਿਵੇਂ ਤੂੰ ਬਾਬਾ ਦੀ ਜਵਾਨੀ ਨੂੰ ਫਿਰ ਤਾਜ਼ਾ ਕਰਦਾ ਔਰ ਜਿੰਨੇ ਬਿਮਾਰ ਹਨ ਇੰਨੀ ਰੀਝ ਨਾਲ ਸੁਣਨ ਕਿ ਉਹ ਚੰਗੇ ਹੋ ਜਾਣ ਪ੍ਰਭੂ ਮਸੀਹ ਕਹਿ ਸਕੀਏ ਸੱਚਮੁੱਚ ਮਸੀਹ ਚ ਕੀਤੀਆਂ ਹੋਈਆਂ ਮਿਹਨਤਾਂ ਕਦੇ ਵਿਅਰਥ ਨਹੀਂ ਜਾਂਦੀਆਂ ਬਹੁਤ ਬਰਕਤ ਯਿਸੂ ਮਸੀਹ ਦੇ ਨਾਮ ਚ ਮੈਂ ਪ੍ਰਚਾਰ ਕਰਨ ਲੱਗਾ ਹਾਂ ਸਾਡੇ ਸਮੇਂ ਦੇ ਉੱਤੇ ਪਰਮੇਸ਼ੁਰ ਨੇ ਸੰਦੇਸ਼ ਦਿੱਤਾ ਔਰ ਉਹ ਸੰਦੇਸ਼ ਕੁਛ ਵਾਅਦੇ ਹਨ ਆਪਣੇ ਸਮੇਂ ਦੇ ਸੰਦੇਸ਼ ਦੇ ਵਾਅਦੇ ਜਿਹੜੇ ਹਨ ਉਹਨਾਂ ਦਾ ਆਪਣੇ ਜੀਵਨ ਦੇ ਵਿੱਚੋਂ ਪ੍ਰਗਟਾਵਾ ਕਰਨਾ ਯਾਨੀ ਆਪਣੇ ਸਮੇਂ ਦੇ ਵਾਅਦਿਆਂ ਨੂੰ ਲੈਣਾ ਹਾਲੇਲੂਇਆ ਇਸ ਉੱਤੇ ਆਪਾਂ ਗੱਲ ਕਰਾਂਗੇ ਆਓ ਬਾਈ ਨੂੰ ਟੋਲਦੇ ਹਾਂ ਇਬਰਾਨੀਆਂ ਦੀ ਪੱਤਰੀ 10 ਅਧਿਆਇ ਜੇ ਪੜ੍ਹਨ ਲੱਗੇ ਹਾਂ 35 ਆਇਤ ਤੋਂ ਇਬਰਾਨੀਆਂ ਦੀ ਪੱਤਰੀ 10 ਅਧਿਆਇ 35 ਆਇਤ ਤਾਂ ਮਿਲ ਜੇ ਤੁਸੀਂ ਆਮੀਨ ਕਰ ਸਕਦੇ ਹੋ ਸਹੀ ਠੀਕ ਨਹੀਂ ਹੈ ਜ਼ੁਕਾਮ ਹੋ ਗਿਆ ਮੈਂ ਮਾਫੀ ਚਾਹੁੰਦਾ 10:35 ਤੋਂ ਪੜ੍ਹਨ ਲੱਗੇ ਹਾਂ ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗਵਾ ਨਾ ਬੈਠਣਾ ਕਿ ਉਹਦਾ ਵੱਡਾ ਫਲ ਹੈ ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਵੀ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ
पूरिया करके वादे नू प्राप्त करो। हालेलुया। मैं सब्जेक्ट जो दसिया है तुहानू विषय जिस ते मैं गल करनी है इन चेता रखियो अपने समय दे वादे नू अपने जीवन च पूरा करो क्यों जो तुहानू तीरज करन दी लोड़ है पे तुसी परमेश्वर दी इच्छा नू पूरा करके वायदे नू प्राप्त करो। लिखिया है हुण थोड़ा जिहा चिर है जो आउण वाला आवेगा किने विश्वास करदे हो थोड़ा जिहा चिर है अते चिर नाल आवेगा। पर मेरा धर्मी बंदा की धर्मी बंदे अपने हाथ उठा सकते हैं मेरा धर्मी बंदा निश्चय तो जीवेगा अते जे उह पिछा हट जाए मेरा जी उस तो प्रसन्न नहीं होवेगा। पर असीं उहनां विचों नहीं किने कह सकदे अहीं उहनां विचों नहीं है। हालेलुया। जिहड़े पिछा हट के नष्ट हो जांदे हन सगो उन्हां विचों हाँ जिहड़े निश्चय करके जान बचाईदा। प्रभु अपने पढ़े हुए वचन उत्ते बरकत देवे। एक होर पढ़ लैंदे आ फिलिप्पियां एक दिशे फिलिप्पियां इस गल की मैनूं प्रतीत है कि जिन्ने तुहाडे विच शुभ काम का मुढ धरिया सो यीशु मसीह दे दिन तक उन्हूं पूरा करेगा। प्रभु का धन्यवाद करते हैं कि उन्हें सानू हिस्सा बनाया इस आखिरी युग दीआं मीटिंगां दा। हालेलुया। अहीं जानते हाँ कि यह युग के इतिहास च होने वाली आखिरी बंदगियां आ जिहड़ियां हुण कर रहे जिन्हां च अहीं हिस्से लै रहे हैं जिन्हां च अहीं इकट्ठे हो रहे हैं। आमीन। क्योंकि अहीं अंत नूं देख रहे हैं अहीं वो चीजां देख रहे हैं जिहड़ियां कदे सुनियां ही किन्ने जणे जिहड़े कह सकदे पहले मैं सुनिया सी हुण मैं देखदा हाँ। हालेलुया। मैंने सुना था परंतु अब मैं देखता हूँ। आमीन। हालेलुया। अहीं लिखत पढ़ी है पौलुस ने कहा कि हुण थोड़ा जिहा चिर है। हालेलुया। ओह ध्यान नाल सुणो मैनूं उम्मीद है कि तुसीं जरूर कुछ होणगे क्योंकि परमेश्वर जब संदेश दिंदा है उसका पिछे के मकसद हुंदा है। इन गल पक्की है कि हर संगती बबाराम ने कहा तीन तरह के विश्वासी हुंदे ही है सानू नहीं पता कि किस्म का है पर जरूर है। मैं अफसोस नहीं किसी घट चढ़ाने लिए नहीं। हालेलुया। क्योंकि यह संदेश जो बबाराम ने खत्म किया तीन प्रकार के विश्वासियों ने कहा तुम अपने आप की खुद जगह पछाणो तुम कित्थे हो। हालेलुया। आमीन। जो वाकई एक नंबर वाले या विश्वासी हाँ जरूर इस प्रेरणा लेके जाने। आमीन। पौलुस ने कहा हुण थोड़ा जिहा चिर है और उन्हें कहा सो तुसी अपनी दलेरी नूं गुआ ना बैठना क्यों जो उसका वड्डा फल है। हालेलुया। आमीन। अहीं सब मसीह का पिछा कर रहे हाँ और अहीं जानते हैं साडी एक मंजिल है असीं सफर च हाँ। हालेलुया। और उत्थे दूसरे पासे साडे एक स्थान है। हालेलुया। आमीन। और वो कह रहा है कि तुसी अपनी दलेरी नूं गुआ ना बैठना क्योंकि इहदा फल वड्डा है। आमीन। हालेलुया। आवाज ठीक सुनदी सारे ने। आमीन। वो कह रहा है कि तुसी अपनी दलेरी नूं गुआ ना बैठना क्यों जो उसका फल वड्डा है। हालेलुया। इहदा मतलब यह है कि मसीह दे पिछे चलन दे लई दलेरी चाहीदी है। पटरी चढ़ जा काम शुरू हो जाए। आमीन। मसीह के पिछे चलने लिए इहदा मतलब यह दस रहा है कि दलेरी चाहीदी है। हालेलुया। वो ध्यान ना सुनियो क्योंकि ये साधारण आम रस्ता नहीं है जिहदे पिछे जिहदे ते चल रहे हैं। हालेलुया। आमीन।
ਇਹ ਸ਼ਾਹੀ ਰਾਹ ਆ। ਹਾਲੇਲੂਇਆ। ਇਹ ਵਿਸ਼ਵਾਸ ਕਰਦੇ ਸ਼ਾਹੀ ਮਾਰਗ ਹੈ ਜਿਹੜੇ ਚੱਲ ਰਹੇ ਹਾਂ, ਇਹ ਆਮ ਰਸਤਾ ਨਹੀਂ ਹੈ, ਇਹ ਸ਼ਾਹੀ ਮੀਟਿੰਗ ਹੈ ਜਿਹੜੀ ਅਸੀਂ ਕਰ ਰਹੇ ਹਾਂ, ਇਹ ਯਾਜਕਾਂ ਦੀ ਸ਼ਾਹੀ ਮੰਡਲੀ ਹੈ। ਔਰ ਇਹ ਜਿਸ ਸਫ਼ਰ ਤੇ ਅਸੀਂ ਚੱਲ ਰਹੇ ਹਾਂ ਇਹ ਵੀ ਆਮ ਸਫ਼ਰ ਨਹੀਂ ਹੈ, ਇਹ ਸ਼ਾਹੀ ਮਾਰਗ ਹੈ। ਔਰ ਜਦੋਂ ਯਕੂਬ ਨੇ ਇਸਰਾ ਨੂੰ ਦੇਖਿਆ, ਉਹਨੇ ਦੇਖਿਆ ਕਿ ਇੱਕ ਪੌੜੀ ਹੈ। ਹਾਲੇਲੂਇਆ। ਯਕੂਬ ਨੇ ਇਹਨੂੰ ਦੇਖਿਆ, ਉਹਨੇ ਕਿਹਾ ਇੱਕ ਪੌੜੀ ਹੈ, ਉਹ ਪੌੜੀ ਧਰਤੀ ਤੋਂ ਅਸਮਾਨ ਤੱਕ ਜਾਂਦੀ ਹੈ, ਧਰਤੀ ਤੇ ਲੱਗੀ ਹੋਈ ਹੈ ਔਰ ਅਸਮਾਨ ਤੱਕ ਪਹੁੰਚਦੀ ਹੈ। ਉਹਨੇ ਕਿਹਾ ਸਵਰਗ ਦੂਤ ਜਿਹੜੇ ਪੁੱਤਰ ਦੇ ਚੜ੍ਹਦੇ ਹੈ, ਜੇ ਉਹਨੇ ਇਸ ਨੂੰ ਦੇਖਿਆ ਸੀ। ਹਾਲੇਲੂਇਆ। ਆਮੀਨ। ਬਗਾਨਾ ਨੇ ਜਦੋਂ ਇਸ ਪੌੜੀ ਨੂੰ ਐਕਸਪਲੇਨ ਕੀਤਾ, ਹਾਲੇਲੂਇਆ, ਉਹਨੇ ਕਿਹਾ ਕਿ ਇਹ ਜਿਹੜੀ ਪੌੜੀ ਹੈ ਉਹ ਧਰਤੀ ਤੋਂ ਮਹਿਮਾ ਤੱਕ ਲੱਗੀ ਹੋਈ ਹੈ। ਹਾਲੇਲੂਇਆ। ਧਰਤੀ ਤੋਂ ਮਹਿਮਾ ਤੱਕ ਲੱਗੀ ਹੋਈ ਹੈ। ਤੁਹਾਨੂੰ ਮੈਂ ਪਹਿਲੇ ਪੁੱਛਣਾ ਚਾਹੁੰਦਾ ਕਿ ਇਹਨੂੰ ਇਤਰਾਜ ਤੋਂ ਨਹੀਂ, ਮੈਂ ਇੱਥੋਂ ਪੜ ਪੜ ਕੇ ਪ੍ਰਚਾਰ ਕਰਨਾ, ਕਿਉਂਕਿ ਮੈਂ ਹਾਂਜੀ ਹਾਂਜੀ ਦੀਵਾਰ ਤੇ ਨਹੀਂ ਲਿਖਿਆ ਜਿੱਥੋਂ ਮੈਂ ਨੋਟ ਕਰਕੇ ਲਿਆਉਂਦਾ, ਪ੍ਰਭੂ ਨੇ ਮੈਨੂੰ ਪ੍ਰੇਰਨਾ ਦਿੱਤੀ ਔਰ ਮੈਂ ਯਾਦ ਕਰਨ ਲਈ ਲਿਖ ਲਿਆ। ਪੌੜੀ ਨੂੰ ਟਿਕਾਉਣ ਦੇ ਲਈ ਕੋਈ ਜਗ੍ਹਾ ਚਾਹੀਦੀ ਹੁੰਦੀ ਹੈ, ਥੱਲੇ ਵੀ ਔਰ ਉੱਪਰ ਵੀ। ਹਾਲੇਲੂਇਆ। ਆਮੀਨ। ਕਿਤੇ ਟਿਕਾਣਾ ਹੁੰਦਾ ਹੈ, ਛੱਤ ਉੱਤੇ, ਕੋਠੇ ਤੇ, ਬਿਲਡਿੰਗ ਜਿੱਥੇ ਪੌੜੀ ਰੱਖਦੇ ਹਾਂ। ਔਰ ਨਬੀ ਨੇ ਕਿਹਾ ਜਦੋਂ ਪਰਮੇਸ਼ਰ ਨੇ ਇਸ ਪੌੜੀ ਨੂੰ ਟਿਕਾਇਆ, ਉਹਨੇ ਜਿਹੜੀ ਇਹਦੀ ਉੱਪਰਲੀ ਹੁੱਕ ਸੀਗੀ ਉਹਨੇ ਇਹ ਪਰਮੇਸ਼ਰ ਦੇ ਸਿੰਘਾਸਨ ਉੱਤੇ ਟਿਕਾਈ। ਪੌੜੀ ਦਾ ਉੱਪਰਲਾ ਹਿੱਸਾ ਕਿੱਥੇ ਟਿਕਿਆ? ਸਿੰਘਾਸਨ ਦੇ ਉੱਤੇ। ਹਾਲੇਲੂਇਆ। ਔਰ ਅਸੀਂ ਜਾਣਦੇ ਹਾਂ ਕਿ ਸਿੰਘਾਸਨ ਉਹ ਚੀਜ਼ ਹੈ ਜਿਹੜੀ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ। ਕਈ ਧੰਨਵਾਦ ਕਰਦੇ ਕਿ ਪਰਮੇਸ਼ਰ ਇਸ ਰਾਹ ਨੂੰ ਜਦੋਂ ਬਣਾਉਣ ਲੱਗਾ ਉਹ ਇੰਨਾ ਪੱਕਾ ਸੀ, ਇੰਨਾ ਸ਼ੋਰ ਸੀਗਾ। ਬਗਾਨਾ ਨੇ ਕਿਹਾ ਇੱਕ ਸ਼ੋਰ ਫਾਊਂਡੇਸ਼ਨ ਜਾਂਦਾ ਹੈ, ਇੱਕ ਪੱਕੀ ਚੀਜ਼ ਆਂਦਾ ਸੀ। ਹਾਲੇਲੂਇਆ। ਤਾਂ ਕਿ ਪੱਕਾ ਕੋਈ ਲੋਕ ਧਰਤੀ ਉੱਤੇ ਹੋਣ ਜਿਹੜੇ ਇਸ ਪੌੜੀ ਉੱਤੇ ਚੜ੍ਹ ਕੇ ਮਹਿਮਾ ਤੱਕ ਜਾ ਸਕਣ। ਇਸ ਲਈ ਉਸਨੇ ਕੋਈ ਵੀ ਕੱਚੀ ਚੀਜ਼ ਨਹੀਂ ਲਈ, ਜਦ ਉਹਨੇ ਉੱਪਰ ਵੀ ਇੱਕ ਟਿਕਾਈ ਤਾਂ ਉਹਨੇ ਸਿੰਘਾਸਨ ਉੱਤੇ ਟਿਕਾਈ। ਤੇ ਹੁਣ ਕਿਹੜਾ ਹੈ ਜਿਹੜਾ ਸਿੰਘਾਸਨ ਨੂੰ ਲਾ ਸਕਦਾ? ਕੋਈ ਵੀ ਨਹੀਂ। ਹਾਲੇਲੂਇਆ। ਉਸ ਤਖਤ ਉੱਤੇ ਇਹਦੀ ਹੁੱਕ ਨੂੰ ਟਿਕਾਇਆ ਜਿਹੜਾ ਜਬੂਰ ਗਾਉਂਦੇ ਆ, ਦਾਇਮ ਹੈ ਯਹੋਵਾ ਯਾ ਰੱਬ, ਕਾਇਮ ਹੈ ਤਖਤ ਤੇਰਾ। ਹਾਲੇਲੂਇਆ। ਪ੍ਰਭੂ ਦੇ ਨਾਲ ਮਹਿਮਾ ਮਿਲੇ ਕਿ ਸਾਡੀਆਂ ਪ੍ਰਾਰਥਨਾਵਾਂ ਉਸ ਕਦੇ ਨਾ ਹਿੱਲਣ ਵਾਲੇ ਸਿੰਘਾਸਨ ਤੋਂ ਆਉਂਦੀਆਂ ਹੈ, ਜਵਾਬ ਆਉਂਦੀਆਂ ਹੈ। ਸਾਡੀ ਰਾਖੀ ਉਸ ਕਦੇ ਨਾ ਹਿੱਲਣ ਵਾਲੇ ਸਿੰਘਾਸਨ ਤੋਂ ਆਉਂਦੀ ਹੈ, ਸਾਡੀ ਅਗਵਾਈ, ਸਾਡੀ ਸੁਰੱਖਿਆ। ਹਾਲੇਲੂਇਆ। ਉਸ ਸਿੰਘਾਸਨ ਤੋਂ ਆਉਂਦੀ ਹੈ ਜਿਹੜਾ ਸਿੰਘਾਸਨ ਕਦੇ ਹਿਲਾਇਆ ਨਹੀਂ ਜਾ ਸਕਦਾ। ਆਮੀਨ। ਹਾਲੇਲੂਇਆ। ਵਿਸ਼ਵਾਸ ਕਰਦੇ ਉਸੇ ਨਾ ਹਿੱਲਣ ਵਾਲੇ ਸਿੰਘਾਸਨ ਤੋਂ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਆਉਂਦਾ ਹੈ। ਤਾਂ ਜਬੂਰ 26 ਚ ਲਿਖਿਆ, ਹੁਣ ਮੈਂ ਜਾਣਿਆ ਕਿ ਉਹ ਆਪਣੇ ਮਸੇ ਕੀਤੇ ਹੋਏ ਨੂੰ ਬਚਾਉਂਦਾ ਹੈ, ਉਹ ਆਪਣੇ ਪਵਿੱਤਰ ਸਵਰਗ ਤੋਂ ਉਹਨੂੰ ਉੱਤਰ ਦੇਵੇਗਾ, ਆਪਣੇ ਸੱਜੇ ਹੱਥ ਦੀ ਬਚਾਉਣ ਵਾਲੀ ਸਮਰੱਥਾ ਦੇ ਨਾਲ। ਹਾਲੇਲੂਇਆ। ਉਹਨਾਂ ਨੇ ਕਿਹਾ ਦੇਖੋ ਕਿ ਉਹਨੇ ਇਸ ਪੌੜੀ ਦੀ ਉੱਪਰਲੀ ਹੋਕ ਨੂੰ ਸਿੰਘਾਸਨ ਤੇ ਟਿਕਾਇਆ। ਆਮੀਨ। ਫਿਰ ਉਹਨੇ ਕਿਹਾ ਕਿ ਧਰਤੀ ਉੱਤੇ ਟਿਕਾਉਣ ਲਈ ਹੁਣ ਕੋਈ ਮਜ਼ਬੂਤ ਚੀਜ਼ ਚਾਹੀਦੀ ਸੀਗੀ, ਕਿਉਂਕਿ ਉੱਪਰਲੀ ਤੇ ਪੱਕੀ ਹੈ, ਸਾਨੂੰ ਪਤਾ ਉਹ ਕਦੇ ਨਹੀਂ ਹਿੱਲ ਸਕਦੀ ਜੋ ਮਰਜ਼ੀ ਹੋ ਜਾਏ। ਹਾਲੇਲੂਇਆ। ਹੁਣ ਧਰਤੀ ਤੇ ਟਿਕਾਉਣ ਲਈ ਕੋਈ ਜਗ੍ਹਾ ਚਾਹੀਦੀ ਸੀਗੀ, ਕਿਉਂਕਿ ਪਰਮੇਸ਼ਵਰ ਜਿਹੜੀ ਮਜ਼ਬੂਤ ਹੈ, ਉਹ ਕੋਈ ਆਮ ਠੇਕੇਦਾਰ ਨਹੀਂ, ਕੋਈ ਵੀ ਮਟੀਰੀਅਲ ਲਗਾ ਦੇਵੇ, ਉਹ ਪੱਕਾ ਕੰਮ ਕਰ ਰਿਹਾ ਸੀਗਾ। ਹਾਲੇਲੂਇਆ। ਚਾਹੁੰਦੇ ਕੁਛ ਲੋਕ ਇੱਥੋਂ ਉੱਤੇ ਚਲ ਜਾਣ। ਆਮੀਨ। ਔਰ ਨਬੀ ਨੇ ਕਿਹਾ ਪਰਮੇਸ਼ਰ ਨੇ ਕਦੇ ਵੀ ਉਹ ਥੱਲੇ ਜਗ੍ਹਾ ਨਹੀਂ ਦੇਖੀ ਜਿਹੜੀ ਹਿੱਲ ਜੇ। ਪਰਮੇਸ਼ਰ ਕੋਈ ਵੀ ਐਸੀ ਚੀਜ਼ ਉੱਤੇ ਆਪਣੀ ਉਸ ਪੌੜੀ ਨੂੰ ਟਿਕਾ ਨਹੀਂ ਸਕਦਾ ਜਿਹੜੀ ਹਿੱਲ ਜਾਣ ਵਾਲੀ ਹੋਏ, ਉਹ ਪੱਕਾ ਸੀਗਾ। ਹਾਲੇਲੂਇਆ। ਉਹਨੇ ਕਿਹਾ ਕਿ ਉਹਨੇ ਇਸ ਨੂੰ ਆਦਮ ਤੇ ਟਿਕਾਉਣ ਦੀ ਕੋਸ਼ਿਸ਼ ਕੀਤੀ, ਪਰ ਆਦਮ ਨੇ ਫਲ ਖਾ ਲਿਆ, ਹਿੱਲ ਜਾਣ ਵਾਲਾ ਸੀ ਉਹ, ਇਸ ਲਈ ਉੱਤੇ ਨਹੀਂ ਰੱਖ ਸਕਿਆ। ਹਾਲੇਲੂਇਆ। ਉਹਨੇ ਅਬਰਾਹਮ ਤੇ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ, ਅਬਰਾਹਮ ਨੇ ਵੀ ਝੂਠ ਬੋਲਿਆ, ਇਸ ਲਈ ਪਰਮੇਸ਼ਵਰ ਉੱਤੇ ਵੀ ਟਿਕਾ ਨਹੀਂ ਸਕਦਾ। ਹਾਲੇਲੂਇਆ। ਉਹਨੇ ਦਾਊਦ ਤੇ ਟਿਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਦਾਊਦ ਤੇ ਨਹੀਂ ਟਿਕਾ ਸਕਦਾ ਕਿਉਂਕਿ ਉਹਨੇ ਦੂਜੇ ਦੀ ਤੀਵੀਂ ਲਈ। ਹਾਲੇਲੂਇਆ। ਉਹਨੂੰ ਹੈਕਲ ਤੇ ਨਹੀਂ ਸੀ ਟਿਕਾ ਸਕਦਾ, ਨਬੀ ਦਾ ਹਵਾਲੇ ਚ ਮੈਂ ਬੋਲ ਰਿਹਾ, ਉਹਨੂੰ ਹੈਕਲ ਤੇ ਨਹੀਂ ਸੀ ਟਿਕਾ ਸਕਦਾ ਕਿਉਂਕਿ ਯਿਸੂ ਮਸੀਹ ਨੇ ਕਿਹਾ ਇਹਦਾ ਪੱਥਰ ਤੇ ਪੱਥਰ ਨਾ ਛੱਡਿਆ ਜਾਏਗਾ। ਹਾਲੇਲੂਇਆ। ਆਮੀਨ। ਫਿਰ ਅਖੀਰ ਫਾਈਨਲੀ ਬਬਰਾਨ ਨੇ ਕਿਹਾ ਜਿੱਦਾਂ ਨਬੀ ਨੇ ਕਿਹਾ ਸੀ,
एक पत्थर टिकाया जाएगा और पत्थर कोई होर नहीं खुद आ परमेश्वर का पुत्र प्रभु यीशु मसीह सीगा एक और जेड़ा कदे भी पतावियां चलाया नहीं गया जिन्हों मौत नहीं हिला सकी जिन्हों कबर नहीं हिला सकी जिन्हों नरक नहीं हिला सकिया और परमेश्वर ने पकड़िया इस यीशु मसीह के उस पौड़ी में टिकाया गया ना तो उपरों है सातरी करेगी ना ये धरती तो कभी हिलेगी अपने समय के वादे फड़ना पैना अगर गल करेगा कुछ वादे हाँ मुबारक जो परमेश्वर ने साडे नाल दिते और वादा अगर फड़ना है इदा फड़ो जिदा नूह ने फड़िया उन्हें कदे नहीं कहा परमेश्वर ने सैड ते जाना जो सारे सुते हो थोड़ी छिट्टा वर आके दसी भाव देखा मी कि कदे नहीं देखा कोई गल नहीं पर तू बोल दिता और मैं प्रचार करा कि होगा अपना हां दे वांग वादे नूं फड़ो साल किन्ने बीतते हैं किन्ना टाइम लग जाता हालेलुया परमेश्वर ने क्या है इन्हें काफी है शिमयोन दे वांग वादे नूं फड़ो जिन्हों एक कहे तब तक तू नहीं मरेगा जब तक तू मसीह नूं देख ना ले हुण ओहदे नाल दे किन्ने बीमार पे है और वह किन्ना तजुर्बा हो गया किन्ने ओहदे नाल दे चल गए उन्हें पता सी मेरा वादा है मैं तब तक नहीं मरना जाता मैं मसीह नूं देख ना ले प्रभु वाद प्रभु राजा नहीं है जरा कुछ भी बोल के चल जाए और फिर पांच साल ला रहे रखे हालेलुया कदम तक कुछ नहीं बोलेगा जब तक उन्हें पता पूरा कर सकता या नहीं कर सकता कदे बोलता है हालेलुया आमीन कुरान ने तो कहा कि बेप्रतीति भी ओहदे वचन नूं पूरा होने को रोक नहीं सकती हालेलुया आमीन हुण देखो युगां तो परमेश्वर ने कई वादे रखे सी हालेलुया आमीन और हर एक उसका वादा समा आम दे उत्ते पूरा होया हालेलुया बहुत सारे वादे सी के पिछले युगां च ये अपने संदेश वाड़ रहे हैं बहुत सारे वादे कीते परमेश्वर वादिया ना परमेश्वर है और हर एक वादा समा आम दे उत्ते पूरा होया हालेलुया और मैं कहना चाहना है कि इस आखिरी युग के अंदर बहुत सारी जिंगे चीजा सन परमेश्वर ने ठहराई जेडी वो पिछले समय च नहीं सी कर सकता जिन्होंने इस समय च रखे बहुत सारे वादे और बहुत सारी चीजा पिछले समय च नहीं सी पूरी कर सकता इसलिए उन्होंने समय उन्होंने नहीं ठहराया उन्हें इस समय ही ठहराया इस आखिरी युग के लिए क्योंकि जानते कि साडा परमेश्वर बुद्धि का परमेश्वर है बहुत बहुत बड़े बड़े महान वादे हुए बहुत अद्भुत काम हुए चमत्कार हुए जेडे परमेश्वर ने किते पर मैं दसना चाहना पर फिर भी परमेश्वर का जो मास्टर प्लान सीगा मास्टर प्लान महान योजना वो साडे युग दे विच ट्राई हुई सी हालेलुया आमीन इसलिए बबरानम ने कहा एक गोल्डन एज है इस सुनहरी योग है हालेलुया क्योंकि वो योग है जिसे अंदर परमेश्वर का मास्टर प्लान पूरा होने जा रहा है क्या मैं कह सकते हैं
ਇਹ ਯੁੱਗ ਹੈ ਜਿਹਦੇ ਅੰਦਰ ਬਾਈਬਲ ਦੀ ਹਰ ਇੱਕ ਤਸਵੀਰ ਸਾਫ ਹੋਈ, ਦ੍ਰਿਸ਼ਟਾਂਤ ਸਾਫ ਹੋਏ, ਕਰੈਕਟਰ ਕਲੀਅਰ ਹੋਏ ਵੀ ਉਹ ਬੋਲਦਾ ਕਿਸ ਬਾਰੇ ਸੀ। ਹਾਲੇਲੂਇਆ, ਆਮੀਨ। ਸ਼ੱਕ ਸਾਫ ਹੋਏ ਔਰ ਬਾਈਬਲ ਇੱਕ ਨਵੀਂ ਕਿਤਾਬ ਬਣੀ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਲ ਮਹਿਮਾ ਮਿਲੇ। ਹੁਣ ਧਿਆਨ ਦਿਓ, ਇਹ ਉਹ ਯੁੱਗ ਹੈ ਜਿਹਦੇ ਅੰਦਰ ਇੱਕ ਪ੍ਰਚਾਰਕ ਖੜਾ ਹੋਇਆ। ਸਾਰੇ ਜਾਣਦੇ ਮੈਂ ਕਿਹਦੇ ਬਾਰੇ ਗੱਲ ਕਰਨ ਲੱਗਾ। ਇੱਕ ਪ੍ਰਚਾਰਕ ਖੜਾ ਹੋਇਆ, ਉਹਨੇ ਉਹਨਾਂ ਲਿਖਤਾਂ ਨੂੰ ਲਿਆ ਜਿਹਨਾਂ ਲਿਖਤਾਂ ਨੂੰ ਵੱਡੇ ਵੱਡੇ ਪ੍ਰਚਾਰਕ ਪੜ੍ਹ ਕੇ ਜਾਂ ਤਾਂ ਸਿਰ ਫੜਦੇ ਹੀ ਜਾਂ ਕਿਤਾਬ ਬੰਦ ਕਰ ਦਿੰਦੇ ਸੀਗੇ। ਹਾਲੇਲੂਇਆ, ਆਮੀਨ। ਉਹ ਪਰ ਇੱਕ ਪ੍ਰਭੂ ਨੇ ਇਸ ਸਮੇਂ ਦੇ ਅੰਦਰ ਇੱਕ ਐਸਾ ਪ੍ਰਚਾਰਕ ਖੜਾ ਕੀਤਾ ਜਿਹਨੇ ਜਦ ਉਹਨਾਂ ਕਹਾਣੀਆਂ ਨੂੰ ਲਿਆ ਤੇ ਉਹ ਪਤਾ ਲੱਗਿਆ ਇਹ ਸਿਰਫ ਕਹਾਣੀਆਂ ਨਹੀਂ ਸੀਗੀਆਂ। ਹਾਲੇਲੂਇਆ, ਆਮੀਨ। ਉਹਨੇ ਕੋਈ ਇਤਿਹਾਸਿਕ ਕਹਾਣੀਆਂ ਪ੍ਰਚਾਰ ਨਹੀਂ ਕੀਤੀਆਂ। ਔਰ ਉਹਨੇ ਆ ਕੇ ਇਹ ਕਿਹਾ, ਅਗਰ ਤੁਹਾਨੂੰ ਹਰ ਇੱਕ ਲਿਖਤ ਚੋਂ ਮਸੀਹ ਨਹੀਂ ਲੱਭਦਾ ਫਿਰ ਦੁਬਾਰਾ ਪੜ੍ਹੋ। ਮੈਨੂੰ ਲੱਗਦਾ ਇਸ ਤੋਂ ਪਹਿਲੇ ਕਿਸੇ ਨੇ ਇਹ ਗੱਲ ਨਹੀਂ ਕਹੀ ਹੋਏਗੀ, ਲੇਕਿਨ ਖੁਦਾ ਨੇ ਇੱਕ ਬੰਦਾ ਖੜਾ ਕੀਤਾ ਇਸ ਯੁੱਗ ਜਿਹਨੇ ਕਿਹਾ ਹਰ ਲਿਖਤ ਚੋਂ ਜਦ ਤੱਕ ਮਸੀਹ ਨਹੀਂ ਲੱਭਦਾ ਇਹਨੂੰ ਦੁਬਾਰਾ ਪੜ੍ਹੋ। ਮੇਰਾ ਮਤਲਬ ਕਿੰਨਾ ਸੁਨਹਿਰੀ ਯੁੱਗ ਸੀਗਾ ਜਦੋਂ ਪਰਮੇਸ਼ਵਰ ਹਰ ਇੱਕ ਲਿਖਤ ਚੋਂ ਮਸੀਹ ਨੂੰ ਦਿਖਾਉਣ ਜਾ ਰਿਹਾ ਇੱਕ ਨਵੀਂ ਤਰ੍ਹਾਂ। ਹਾਲੇਲੂਇਆ, ਪ੍ਰਭੂ ਦੇ ਨਾਲ ਮਹਿਮਾ ਮਿਲੇ, ਆਮੀਨ। ਉਹ ਜਦ ਉਹਨੇ ਪ੍ਰਚਾਰ ਕੀਤੇ ਇਹ ਇੱਕ ਵੱਖਰੇ ਐਂਗਲ ਸੀਗੇ, ਇੱਕ ਵੱਖਰੀ ਸੋਚ ਸੀਗੀ। ਆ ਉਹਨਾਂ ਚ ਕੁਝ ਸੰਦੇਸ਼ਾਂ ਨੂੰ ਆਰਾਮ ਲਈਏ, ਔਰ ਮੈਨੂੰ ਲੱਗਦਾ ਇੱਕ ਇਤਿਹਾਸਿਕ ਸੰਦੇਸ਼ ਨੇ ਪਿਛੇ ਆਮੀ
भोजन जिन्हें प्रचार किया झंडे पूरा होया जिन्हें प्रचार किया सतगुरु से युगा का वर्णन जिन्हें क्या भी आ जाई पहली मोर देखा जी कमरे के अंदर दूत ने खोली है वाजे दूसरी मोर देखा वाजे तीजी वाजे चौथी वाजे पंजवी वाजे छेवी एक हैगी है और अजय सतवीं मोर देखेंगे सारे जगत युग न खत्म किया प्रकाशन ने आमीन फिर साडे समय चे सारिया खुलिया इन्हें आमीन कह सकते हैं हालेलुया क्यों क्योंकि लाड़ी का मैसेज जो नया दिता गया और संस्थावां दे प्राई पाखे है जेडे मैं नाम बोले सही है
होटल मेन्यू की लिस्ट नहीं ਹਾਲੇਲੂਇਆ लिखे भाई अंदर काफी पोती 14 लिखा ऐसा गीत दिता गया जिन्होंने उस तो छुट कोई होर नहीं गा सकता। हालेलुया, ये संदेश एक गीत है। आमीन। और साडे तो छोटे नु कोई होर नहीं गा सकता। किन्ने आमीन कह सकते हैं? किन्ने गोस्पल सिंगर है हुण? किन्ने गोस्पल सिंगर है परवा रहे हैं? बहुत सारे गोस्पल सिंगर है और मैं चैलेंज करता एक गीत गा के दिखाओ, उन्हें रिकॉर्ड करके दिखाओ जेड़ा मैं हुणे गाण लगा। एक अलौकिक बदल वरिया सिंजिया मेरा खेत रूहानी बदल अंदरा चेहरा दिसिया ये है मेरे दिल का जानी। कितने दोस्तों सिंह कितने इस गीत में गा सकते और यही गा सकते क्योंकि ये साडे लिए बख्शिया गया गीत है। छुटकारे गीत नहीं गा सकते याद रखियो बहुत ज्यादा गोस्पल सिंगर की भरमार है पर मैं अगे हवाला पढ़ांगा जो दसेगा की है। अपनी मूल हालत वापस जाना फिर दसो कि संस्था है जी मूल हालत वापस जा रही है फिर कि गा सकते उसकी छुटकारे के गीत। हालेलुया, प्रभु दे नाम में महिमा मिले। आमीन। गुरुदारा ने कहा द क्वीन ऑफ द साउथ मैसेज, उन्हें कहा यू कांट गेट ब्लड आउट ऑफ टर्निप, तुम शलगम चलाऊ नहीं कर सकते, इट हैज नो ब्लड, क्योंकि ये चलाऊ नहीं है जितना मर्जी मारो। सो हाउ कैन यू टीच सुपर नेचुरल थिंग्स टू पीपल हु हैव नो कंसेप्शन ऑफ सुपर नेचुरल, फिर तुम अलौकिक चीजा उन्होंने कितना दस सकते हो जिन्हों को अलौकिक समझ नहीं है। तुम पता मैं गलत तुम क्यों प्रचार कर रहा क्योंकि मैं पता इतने है जिन्होंने अलौकिक समझ बखी गई है। अलौकिक मैसेज है जेड़ा अलौकिक उद्देश्य दे नाल आया है। इतने मैं प्रचार कर रहा वादा जेड़ा साडे दिनां दे लई है। लेकिन सिर्फ यूहन्ना ने बख्शिया गया कि प्रकाश की पोथी देखे। देखो परमेश्वर महान बुद्धि का मालिक है, उन्हें किसी होर बाकी भी तो वधिया सी जो बाकी दिखाना देख सकते पर उन्हें यूहन्ना नु लिया और उन्हें दिखाया। घबराना ने कहा यूहन्ना दुल्हन का टाइप है। हालेलुया, यूहन्ना इस गल चुनिया गया कि प्रकाश की पोथी देखे और रेवलेशन देखे। तुम पता मैसेज ओनली स्क्रिप्चर नहीं है, लिखता ही नहीं है, रेवलेशन है और रेवलेशन यूहन्ना लिए बख्शिया गया। हालेलुया, यूहन्ना चुनिया गया तो रेवलेशन देखे। हूं ध्यान दो जो मैं गल कह लगा, मेरा मतलब है कि प्रकाशन सिर्फ लाड़ी दसिया जाएगा, मेरा मतलब कि इस प्रकाशन का संदेश सिर्फ दुल्हन दे लई है। क्यों भाई? हाँ बेलू, एक भैन समझ लिया पिछले का तुम तुम बहुत वर्क देने धन्यवाद। हालेलुया, पर देखो भाई नारायण ने क्या उन्हें क्या जिदा यूहन्ना इन्हों प्रकाशन देखने तो पहले उन्हें क्या मैं आत्मा चाया।
स्पिरिट परमेश्वर तुम इस्तेमाल नहीं कर सकता जब तक तुम आत्मा च नहीं आ जाते। हजे तक मैं दुखना कह लगा बहुत बहुत साल बिताए मैसेज अंदर पर हजे भी मैसेज उस वादे नूं फड़ नहीं सके क्योंकि नबी ने कहा जब तक आत्मा च नहीं आते परमेश्वर तुम इस्तेमाल नहीं कर सकता। और यह भरपूरी का योग्य है। हालेलुया। परमेश्वर के कोल हर एक योग लई योजनावां सी। उन्हें हर एक योग लई वादा रखिया। परमेश्वर धरती कदे भी गुआ बिना नहीं छड़दा। चाहे एक ही क्यों ना रखे जू रखना है जितो अपना हाथ रख सके। सो जब परमेश्वर के कोल एक सब तो महान वर्तन वाला योग्य है हालेलुया तब फिर इस योग लई जू रहा परमेश्वर के कुछ वादे हैं। अगर परमेश्वर के कुछ वादे है फिर कोई गुआ होने चाहिए जो उस वादे को फड़न और वादे उन्होंने जीवन च पूरे हो। हालेलुया। जरूर तुहाडे कोल अख होनी चाहिए जी अपने समय के वादे को देख सके। समय का वादा समय का वचन है। जब भी परमेश्वर तुहाडे जीवन च वादा पूरा करेगा तो वचन च होगा। हालेलुया। आमीन। परमेश्वर वादे परमेश्वर के वादे वचन च मिलते हैं। ये देखने कि लखा ही लोग हैं साडे आले दुआले। हालेलुया। लखा ही लोग हैं जेड़े इस युग दे वादे नु देखन तो फेल हुए। सही है। हालेलुया। मैं इसे ही हफ्ते प्रचार कर रहा अपने चर्च की शैतान दा धन्नवाद है कि हुण जिन्ने डेरे है हुण जिन्ने चर्च है हुण जिन्ने पादरी है लगदा पिछले समय च कदी नहीं होए होणगे जिन्ने होण होए। किन्नी धार्मिकता किसी भी नाम च लगा लो पर मैं क्या देखो पवित्र आत्मा किन्ना महान है। जो उन्हें इस युग का गोला बनाया तो उन्हें सारा ही नेरा बनाया थोड़ी जी रोशनी बनाई। मेरा मतलब कि फिर इन्ने गिरजे दिया संस्थावां इन्ने नामदाम इन्ने डेरे बाकी बाकी लखा लोग इस समय के वादे को देखने तो पहुंच गए। पता क्यों? क्योंकि उन्होंने समय के वचन नहीं देखे। और बेटा समय के वचन नहीं देखे उस समय के वादे को कितना देख रहे। शायद नहीं सी वैसे नहीं देख सके शैतान ने मना कर दिता। हालेलुया। आओ अपनी गल करिए। जब अहीं विश्वास करते कई परमेश्वर के चुने हुए लोग हां तां की अहीं समय के वादे नूं देखिया। हालेलुया। हालेलुया। फिर अगर अहीं देखिया है तां की समय के संदेश के वादे साडे जीवन च पूरे हो रहे हैं। मेरे भरावो बहुत ध्यान ना सुनो। बहुत ध्यान ना सुनो कि समय के संदेश के वादे साडे जीवन च पूरे हो रहे हैं। ए सब ने गवाही दी कि परमेश्वर ने सानू मौत दी वादी तो बचाया। पिछले महीने एक वायरस तो बचाया जिस विच लखां ही लोग नजायज मर गए बगैर वायरस के। लखां ही लोग मर गए पर परमेश्वर ने सानू उस महामारी तो बचाया। क्यों बचाया? क्यों बचाए? इसलिए कि अपने उस जीवन नु कंटिन्यू रखिए। बस जिदा ही चल रही होते चलिए। बचाया क्यों? क्योंकि जब भी परमेश्वर किसी बचाता है वो किसी मकसद के लिए बचाता है। हालेलुया। आमीन। प्रभु की मिठाई होवे। क्योंकि नबी ने कहा परमेश्वर तक तक तुम मर नहीं देगा जब तक तुम्हारे जीवन मकसद पूरा नहीं हो जाता। मिसर च देखो यार आई बच्चे मर गए। हालेलुया। यार आई बच्चे मर गए पर एक बच्चा सीगा जिन्हों मिसर की फौज नहीं लग सकी जिन्हों ताइयां नहीं लग सकी जिन्हों मगरमच्छ नहीं खा सके। क्यों? परमेश्वर ने उसने इसलिए बचाया क्योंकि उन्हें जीवन च वड्डा मकसद सीगा। हालेलुया। उन्हें जिंदगी च कोई उद्देश सी है। उद्देश ने यार आई बच्चे मरवाए पर एक बच्चा सीगा जिन्हों कोई भी लभ नहीं पाया। क्यों? कि बोल सकते हो क्योंकि उन्हें जीवन च एक मकसद सी।
अपने समय के वादे देख सकी। मैं कह रहा कि हजार संस्थावा जो समय के वादे देखने को फेल हुई है, क्यों? क्योंकि उन्होंने वचन रद्द किया। वादे तो सदा ही वचन चाहते हैं, वादे कदे भी वचन तो बाहर नहीं होंगे। इसलिए भगवान ने कहा वादे सिर्फ विश्वासियों के लिए है, क्योंकि विश्वासी वादे से विश्वास करते हैं। अनबिलीवर लिए कोई वादा नहीं है, जेड़ा विश्वास नहीं करता और लिए कोई गारंटी नहीं दे सकते चंगा होके जाएगा या नहीं, पर जेड़ा विश्वासी है कि उन्होंने जानते भी नहीं, भाई उसकी दुआ भी ना करिए, जे तू मेरी आवाज नीच न सुने, और विश्वासी सदा ही आवाज नीच न सुनते हैं। शैतान ने लोगों नु समय दे वादे देखन तो अन्या कर दिता है। वो इतिहास नु बहुत वधिया जानदे, हालेलुया, वो फ्यूचर नु बहुत वधिया जानदे, नबी ने दस्सिया, पर वर्तमान नु नहीं जानदे। वर्तमान जानना बहुत जरूरी है, ताकि वर्तमान जानेंगे फिर ही पता कर सकेंगे कि वर्तमान च वादा की है। हालेलुया। शैतान दा अदन बाग जिहड़ा पैरा नंबर 24 है, जिहड़ा दस्सिया ओ तुहानू इस गल की जानकारी देवेगा कि यीशु ने जो किया वह संपूर्ण सी। ओ तुहानू इस गल की जानकारी देवेगा कि मूसा ने जो किया वह संपूर्ण सी। ध्यान दो, मैं अपने संदेश का हवाला पढ़ रहा है, क्योंकि मैं क्या संदेश है अपने समय के वादे में देखना। अभी निकल शैतान, हालेलुया, वो इस गल की तुम जानकारी देगा कि यीशु ने जो किया गलत नहीं ही, वो सही ही। वो क्लेवर है, जो मूसा ने टाइम ते सीगा तो उन्होंने कहते यार मूसा नहीं हो बंदा, यूरेशन से का टाइम आया और कहता मूसा ही बंदा है। जानकारी दे रहा यीशु ने जो किया ठीक ही, मूसा भी ठीक ही, पर जब तुम इन्ना दिन वास्ते उसके दिते हुए वादे स्वीकार करते हो तो वह कहता है कि होर योग वास्ते हैं। क्या भी कह सकते हैं, जो अपने समय के वादे से भी आने की कोशिश करोगे रुकेगा नहीं, नहीं तेरे लिए नहीं बनया, तू अजे होर जीगा। हालेलुया। मतलब यह है कि शैतान कदे नहीं चाहता कि एक निश्चयवान अपने समय के वादे उत्ते आए। चैलेंज आज मैं छड़ के जाऊंगा, क्योंकि शैतान नहीं चाहता कि अपने समय के वादे उत्ते आओ। हालेलुया। क्योंकि जब भी अपने समय के वादे उत्ते आ गए ताडे जीवन च परमेश्वर का मकसद पूरा हो जाना है, उद्देश्य पूरा हो जाना है। हालेलुया। इस करके जूर की परमेश्वर के मकसद को फड़ना है, समय के वादे को फड़ना है। भगवान राम ने शलोम संदेश 140 नंबर पैरा च किया, उन्हें क्या सुन दे साहब ठीक लग रहा है, हालेलुया, कौन काम कर दे, उन्हें क्या हूं वचन वाल परतो, किधर वचन किधर प्रचार हो रहा है, अज मेरी बारी है। हालेलुया। वचन वाल परतो, देखो वचन तुहाडे अज दे दिन वास्ते की वादा लिआउंदा है, देखो कि अज दे दिन दी रोशनी किस तरह दी होवेगी। हे कलीसिया वचन वाल मुड़ो, वचन विच वापस मुड़ जाओ, सही बटन नु दबाओ, आदमी दी बनाईयां होईयां नकली पत्तियां दे नाल खेडना बंद करो, उसे वचन वाल मुड़ो अते अज दे दिन दा वादा लभो, अज दे दिन दा वादा लभो। सारे संदेशों को पढ़ने वाले हैं, सानू पता नबी ने कहा कि लूथर के टाइम का वादा फड़ लेना जिन्ना मर्जी घुट के फड़ो, फिर वेखो कि करार की है अते उसकी पछाण वास्ते चुकन्ने रहो, अपने समय के वादे को देखने लिए चुकन्ने रहो। हालेलुया। जिस वेले सही साबित हुंदा है तो तुहानू पता लग जाता है कि तुसी रोशनी विच हो या नहीं, वेखो कि वादा की है।
मेरे लिए मैं यह देखना चाहता हाँ कि अज के दिन की वादा है। बबरानम कह रहा मेरे लिए मैं यह देखना चाहता कि अज के दिन की वादा की है। मैं जानना चाहता हूं कि अज के समय की कड़ी रोशनी है ताकि मैं जान सका कि मैं उसमें किवें तुरना है। मैं जानना चाहता हाँ कि मैं कि समय में रह रहा हाँ, मैं कि युग में हाँ, मैं सड़क की कि दूरी से पहुंच गया हाँ। हालेलुया आमीन। जिदा पौलुस ने फिलिपियां कहा उन्होंने चीजा भुल के जो बीत गई हूं मैं निशाने वाल जो उत्तम बुलावा है बदलने की कोशिश कर रहा हाँ। पूरी पछाण वाल जब यीशु आवेगा तो सारा समा सदा रहने वाली अनंतता मिल जाएगा। सो प्यारे भैन भरावो सानू जो ही समय के वादे को देखना पैना है, सानू समय को देखना पैना की है। हालेलुया समय का वादा और परमेश्वर का मकसद की है साडे जीवन दे लई। ਇਹ ਕਹਿੰਦੇ ਆ ਕਿ ਸੰਸਥਾਵਾਂ ਅੰਨੀਆਂ ਹੈ, ਸਹੀ ਹੈ, ਹਾਲੇਲੂਇਆ। ਪਰ ਮੈਸੇਜ ਇਕਲੀਸੀਆ ਦੇ ਬਾਰੇ ਚ ਕੀ ਵਿਚਾਰ ਹੈ? ਇਹ ਕਹਿ ਰਹੇ ਕਿ ਸੰਸਥਾਵਾਂ ਅੰਨੀਆਂ ਹਨ ਜਿਹੜੀਆਂ ਸਮੇਂ ਦੇ ਵਾਅਦੇ ਨੂੰ ਦੇਖ ਰਹੀਆਂ, ਪਰ ਮੈਸੇਜ ਇਕਲੀਸੀਆ ਦਾ ਕੀ ਹਾਲ ਹੈ ਕਿ ਇਹ ਆਪਣੇ ਸਮੇਂ ਦੇ ਵਾਅਦੇ ਤੇ ਹਨ। ਹਾਲੇਲੂਇਆ। ਆਓ ਆਪਣੇ ਆਪਣੀ ਬਾਈਬਲ ਖੋਲ ਲਾਂਗੇ, ਰਸਤ ਦੀ ਕਿਤਾਬ ਚ ਜਾਂਦੇ ਹਾਂ। देखांगे कि भला क्योंकि हालत इदा भी लगती है कि जिदा मैसे के चर्च भी वादे के आम तो कई खुंज रहे हैं। हालेलुया। मैसे के विश्वासी भी जिदा अपने समय के वादे से होना चाहिए, उस मकसद से होना चाहिए है, और तो वो खुंज रहे हैं। हालेलुया। ध्यान दो एस्तर की किताब चौथा अध्याय है। ਕਿਵੇਂ ਜਾਣਦੇ ਹੈ ਕਿ ਐਸਤਰ ਨੂੰ ਕਿੱਦਾਂ ਉਸ ਮਲਕਾ ਵਸ਼ਤੀ ਦੇ ਰੱਦਣ ਤੋਂ ਬਾਅਦ ਔਰ ਬਾਕੀਆਂ ਸਾਰੀਆਂ ਹੀ ਕਲੀਸਿਆਵਾਂ ਦੇ ਰੱਦਣ ਤੋਂ ਬਾਅਦ ਉਹਨੂੰ ਚੁਣਿਆ ਗਿਆ ਜੋ ਕਿ ਦੁਲਹਨ ਦਾ ਟਾਈਪ ਹੈ? ਇਹੋ ਹੀ ਹੈ ਕਿ ਮੇਰਾ ਉਹ ਸਲਾਹ ਦੇ ਰਹੇ ਹੋ ਜੇ ਕਿ ਚੁੱਪ ਕਰਕੇ ਇਹਨਾਂ ਨੂੰ ਮੈਂ ਲੱਗਣਾ। ਹਾਲੇਲੂਇਆ ਹਾਲੇਲੂਇਆ ਆਮੀਨ। ਐਸਤਰ ਲਾੜੀ ਦਾ ਨਮੂਨਾ ਹੈ। ਹਾਲੇਲੂਇਆ ਆਮੀਨ। ਪਰ ਇੱਥੇ ਦੇਖਦੇ ਹਾਂ ਕਿ ਉਹਦੀ ਵੀ ਹਾਲਤ ਇੱਦਾਂ ਦੀ ਹੋ ਗਈ ਸੀ ਜਿੱਦਾਂ ਦੀ ਹੁਣ ਦੀ ਮੈਸੇਜ ਦੀ ਕਲੀਸਿਆ ਦੀ ਹੈ। ਹੈ ਤਾਂ ਉਹ ਲਾੜੀ ਸੀਗੀ, ਪਰ ਉਹਨੂੰ ਮਕਸਦ ਤੇ ਆਉਣ ਤੇ ਟਾਈਮ ਲੱਗਾ। ਉਹਨੂੰ ਇਸ ਤੋਂ ਇਹ ਪਛਾਣਨ ਦੀ ਕਿ ਮਕਸਦ ਕੀ ਹੈ। ਹਾਲੇਲੂਇਆ ਆਮੀਨ। ਇਹ ਦੇਖਦੇ ਹੈ ਕਿ ਮਾਤਕਈ ਔਰ ਹਮਾਮ ਦੇ ਵਿੱਚ ਕੀ ਹੋਇਆ। ਆਮੀਨ। ਉਹਦੇ ਚੁੱਕਣ ਦੇ ਪ੍ਰਤੀ ਹਮਾਮ ਨੇ ਕਿੱਦਾਂ ਪਲਾਨਿੰਗ ਕਰ ਲਈ ਕਿ ਸਾਰੇ ਯਹੂਦੀਆਂ ਨੂੰ ਮਾਰ ਦਿੱਤਾ ਜਾਵੇਗਾ। ਇਹੀ ਬਣਿਆ ਔਰ ਵਿੱਚ ਪੈਸਿਆਂ ਦੀ ਡੀਲ ਹੋਈ, ਚਾਂਦੀ ਦੀ ਜੋ ਵੀ ਧੰਨ ਦੌਲਤ ਦੀ ਡੀਲ ਹੋਈ। ਹਾਲੇਲੂਇਆ। ਔਰ ਇਸ ਡੀਲ ਦੇ ਦੌਰਾਨ ਇੱਕ ਵੱਡਾ ਪ੍ਰੈਸ਼ਰ ਆਇਆ ਯਹੂਦੀਆਂ ਦੇ ਉੱਤੇ, ਜਿਸ ਪ੍ਰੈਸ਼ਰ ਦੇ ਅੰਡਰ ਬਹੁਤ ਸਾਰੇ ਯਹੂਦੀ ਮਾਰੇ ਜਾਣੇ ਸੀਗੇ। ਕਿਵੇਂ ਜਾਣਦੇ ਕਿ ਸਾਡੇ ਸਮੇਂ ਚ ਵੀ ਇੱਕ ਪੈਸੇ ਦੀ ਡੀਲ ਹੋਣੀ ਹੈ ਔਰ ਇੱਕ ਵੱਡਾ ਪ੍ਰੈਸ਼ਰ ਚਰਚ ਤੇ ਆਉਣ ਵਾਲਾ ਹੈ। ਉਹ ਜਦੋਂ ਵੱਡਾ ਪ੍ਰੈਸ਼ਰ ਬਣ ਗਿਆ, ਮਾਂ ਕਈ ਨੂੰ ਇਸ ਗੱਲ ਦੀ ਖਬਰ ਹੋਈ ਕਿ ਪ੍ਰੈਸ਼ਰ ਬਣ ਗਿਆ, ਏਦਾਂ ਹੀ ਹੋਇਆ। ਹਾਲੇਲੂਇਆ। ਪ੍ਰਭੂ ਦੇ ਨਾਲ ਮਹਿਮਾ ਮਿਲੇ। ਪਰਮੇਸ਼ਰ ਸਦਾ ਹੀ ਕਿਸੇ ਨਾ ਕਿਸੇ ਨੂੰ ਰੱਖਦਾ ਹੈ। ਔਰ ਮਾਂ ਕਈ ਨੂੰ ਪਤਾ ਸੀ ਕਿ ਹਾਲਾਤ ਕੀ ਬਣ ਗਏ, ਕਿ ਤੁਹਾਨੂੰ ਨੀ ਪਤਾ ਹਾਲਾਤ ਕੀ ਬਣ ਗਏ ਹੈ ਕਿ ਤੁਸੀਂ ਨਹੀਂ ਜਾਣਦੇ ਚਰਚ ਸਭ ਇਕੱਠੇ ਹੋ ਗਏ ਔਰ ਕਿਸੇ ਵੀ ਸਮੇਂ ਦਬਾਅ ਲਾਗੂ ਹੋ ਸਕਦਾ ਹੈ। ਹਾਲੇਲੂਇਆ। ਪਰ ਆਓ ਅੱਜ ਦੇਖੀਏ ਕਿ ਇਹ ਸਮੇਂ ਦੇ ਮਕਸਦ ਉੱਤੇ ਆ ਗਏ। ਇਹ ਪਹਿਲੀ ਆਦ ਤੋਂ ਪੜ੍ਹਦੇ ਹਾਂ, ਚਾਰ ਅਧਿਆਇ ਦੀ ਪਹਿਲੀ ਆਦ ਤੋਂ। ਜਦ ਮਾਤਕਈ ਨੇ ਸਾਰੀਆਂ ਗੱਲਾਂ ਨੂੰ ਜਿਹੜੀਆਂ ਕੀਤੀਆਂ ਗਈਆਂ ਜਾਣਿਆ, ਤਾਂ ਮਾਤਕਈ ਨੇ ਆਪਣੇ ਲੀੜੇ ਪਾੜੇ ਅਤੇ ਤੱਪੜ ਗੱਲ ਪਾ ਕੇ ਸਵਾਹ ਪਾ ਲਈ ਅਤੇ ਸ਼ਹਿਰ ਦੇ ਵਿਚਾਲੇ ਚਲਾ ਗਿਆ ਅਤੇ ਵੱਡਿਆਂ ਕੋੜਿਆਂ ਬੋਲਣ ਨਾਲ ਦੁਹਾਈ ਦਿੱਤੀ। ਉਹ ਸ਼ਾਹੀ ਫਾਟਕ ਦੇ ਅੱਗੇ ਕੀ ਆਇਆ ਕਿ ਉਹਨੇ ਤੱਪੜ ਪਾ ਕੇ ਕੋਈ ਪਾਤਸ਼ਾਹ ਦੇ ਫਾਟਕ ਅੰਦਰ ਨਹੀਂ ਜਾ ਸਕਦਾ ਸੀ। ਹਰ ਸੂਬੇ ਵਿੱਚ ਜਿੱਥੇ ਕਿਤੇ ਪਾਤਸ਼ਾਹ ਦੀ ਆਗਿਆ ਤੇ ਹੁਕਮ ਗਿਆ, ਉੱਥੇ ਯਹੂਦੀਆਂ ਵਿੱਚ ਵੱਡਾ ਸਿਆਪਾ ਤੇ ਵਰਤ ਅਤੇ ਰੋਣ ਪਿੱਟਣ ਤੇ ਹਾਹਾਕਾਰ ਮਚ ਗਈ ਅਤੇ ਬਥੇਰੇ ਤੱਪੜ ਪਾ ਕੇ ਸਵਾਹ ਵਿੱਚ ਬਹਿ ਗਏ। ਫਿਰ ਐਸਤਰ ਦੀਆਂ ਸਹੇਲੀਆਂ ਅਤੇ ਉਸਦੇ ਖੁਸਰਿਆਂ ਨੇ ਆ ਕੇ ਇਹ ਉਹਨੂੰ ਦੱਸਿਆ। ਤਦ ਮਲਕਾ ਬਹੁਤ ਦੁਖੀ ਹੋਈ ਅਤੇ ਉਸਨੇ ਕੱਪੜੇ ਭੇਜੇ ਕਿ ਮਾਤਕਈ ਨੂੰ ਪਵਾਏ ਜਾਣ ਅਤੇ ਤੱਪੜ ਉਹਦੇ ਉੱਤੇ ਲਾਇਆ ਜਾਵੇ, ਪਰ ਉਸਨੇ ਕਬੂਲ ਨਹੀਂ ਕੀਤਾ। ਧਿਆਨ ਦਿਓ, ਬਹੁਤ ਧਿਆਨ ਨਾਲ ਦੇਖਿਓ, ਇਸ ਛੋਟੀ ਤਸਵੀਰ ਆ, ਮੇਰਾ ਮੈਸੇਜ ਅੱਗੇ ਵਧਾਂਗਾ।
ਇਹ ਦੱਸਣ ਲਈ ਕਿ ਮੈਂ ਇੱਕ ਕਹਿ ਰਿਹਾ ਮੈਸੇਜ ਦੇ ਲੋਕ ਵੀ ਚਰਚਾਂ ਦੇ ਮੈਸੇਜ ਦੇ ਵਿਸ਼ਵਾਸੀ ਵੀ ਅਸਲ ਚ ਮਕਸਦ ਤੋਂ ਫਿਰਕੇ ਹੋਏ ਹੈ। ਜਦੋਂ ਚੁਣੀ ਹੋਈ ਹੈ ਸਮਾਂ ਇੱਧਰ ਆ ਗਿਆ ਕਿ ਦਬਾਅ ਆ ਗਿਆ ਹੈ, ਸਮਾਂ ਇੱਧਰ ਆ ਗਿਆ ਕਿ ਕੁਛ ਵੀ ਹੋਣ ਵਾਲਾ ਹੈ। ਔਰ ਮਾਰਦ ਕਈ ਦਾ ਉਹ ਸਿਆਹ ਕਿ ਉਹ ਤੱਪੜ ਪਾ ਕੇ ਬੈਠਾ, ਇਹ ਗੱਲ ਐਸਟਰ ਤੱਕ ਪਹੁੰਚੀ। ਔਰ ਐਸਟਰ ਨੇ ਕੀ ਕੀਤਾ, ਕੱਪੜੇ ਭੇਜ ਦਿੱਤੇ, ਪਹਿਲਾਂ ਉਹਨੂੰ ਕਹੋ ਤੱਪੜ ਲਾ ਦੇ ਤੇ ਕੱਪੜੇ ਪਾ ਲਵੇ। ਕੀ ਮਾਰਦ ਕਈ ਕੋ ਕੱਪੜੇ ਨਹੀਂ ਸੀਗੇ, ਉਹਨੇ ਤਾਂ ਤੱਪੜ ਪਾਏ? ਕੱਪੜੇ ਹੈ ਸੀ, ਉਹ ਜਾਣ ਨਹੀਂ ਰਹੀ ਅਸਲ ਚ ਗੱਲ ਬਣ ਕੀ ਰਹੀ ਹੈ। ਹਾਲਾਤ ਕੀ ਬਣੇ ਹੋਏ, ਕੁਛ ਹੋਣ ਵਾਲਾ ਆ। ਇਹ ਕੱਪੜੇ ਭੇਜ ਕੇ ਦੀ ਗੱਲਾਂ ਕਰ ਰਹੀ ਹੈ, ਇਹੀ ਰਿਸਪੋਂਸ ਅੱਜ ਦੇ ਮੈਸੇਜ ਦੇ ਵਿਸ਼ਵਾਸੀਆਂ ਦਾ ਹੈ। ਉਹ ਸੋਚਦੇ ਬਪਤਿਸਮਾ ਲਿਆ ਤੇ ਸਹੀ ਹੈ, ਇਹ ਪੜ੍ਹਦੇ ਤੇ ਹੈ ਮੈਸੇਜ, ਇਹ ਆਉਂਦੇ ਤੇ ਹੈ ਚਰਚ, ਛੱਡਿਆ ਤੇ ਹੈ ਆਪਣਾ ਸੰਸਥਾ ਵਾਲਾ ਚਰਚ, ਪਰ ਅਸਲ ਚ ਇਹ ਰਿਸਪੋਂਸ ਨਹੀਂ ਸੀ ਉਹ ਚਾਹੁੰਦਾ ਉਸ ਵੇਲੇ, ਕੱਪੜੇ ਨਹੀਂ ਚਾਹੁੰਦਾ ਉਹ। ਅੱਜ ਬਹੁਤ ਸਾਰੇ ਵਿਸ਼ਵਾਸੀ, ਮੈਂ ਸੱਚੀ ਕਹਿ ਰਿਹਾ, ਕਿਉਂਕਿ ਹਰ ਇੱਕ ਨੂੰ ਆਪਣਾ ਆਪਣਾ ਤਜਰਬਾ ਹੁੰਦਾ, ਉਹ ਕੱਲੇ ਕੱਪੜੇ ਦੇ ਕੇ ਸਾਰਨ ਦੇ ਬਸ ਇਸ ਟਾਈਮ ਜਿੱਥੇ ਵੀ, ਜਦਕਿ ਸਮਾਂ ਬਿਦਾਰੀ ਚ ਆਉਂਦਾ ਹੀ, ਜਦਕਿ ਰਿਵਾਈਵਲ ਦੇ ਟਾਈਮ ਚ ਸੋਚਦੇ ਕੱਪੜੇ ਦੇ ਕੇ, ਤੁਸੀਂ ਸਮਝ ਜਾਓਗੇ ਤੁਸੀਂ ਸਿਆਣੇ ਹੋ। ਹਲਕਾ ਜਿਹਾ ਰਿਸਪੋਂਸ ਇੱਡੇ ਵੱਡੇ ਮੈਸੇਜ ਨੂੰ, ਹਾਲਾਤ ਕੀ ਹੈ, ਟਾਈਮ ਕੀ ਹੈ, ਔਰ ਹਜੇ ਬਹੁਤ ਜ਼ਿਆਦਾ ਮਸਲੇ ਨਹੀਂ ਖਤਮ ਹੋਏ, ਬਹਿਸ ਬਸਾਈਏ ਨਹੀਂ ਮੁੱਕੇ, ਲੜਾਈ ਝਗੜੇ ਖਤਮ ਨਹੀਂ ਹੋਏ, ਹਜੇ ਕਈਆਂ ਨੇ ਚਰਚੀ ਪੱਤ ਪਾਏ ਹੋਏ, ਮੇਰਾ ਕਿਹੜਾ ਹੈ। ਔਰ ਮੈਸੇਜ ਇਹ ਹੈ, ਇਹ ਰਿਸਪੋਂਸ ਹੈ ਮੈਸੇਜ ਨੂੰ, ਉੱਥੇ ਕੁਛ ਹੋਣ ਵਾਲਾ ਹੈ, ਪਹਿਲਾਂ ਕੱਪੜੇ ਪਾ ਲਓ। ਕੱਪੜੇ ਕੱਲੇ ਦੇਣੇ, ਹਾਲੇਲੂਇਆ, ਇਹ ਮਰਦ ਕੇ ਕਬੂਲ ਨਹੀਂ ਕੀਤਾ, ਕਿਉਂਕਿ ਮਰਦ ਕੇ ਕਿਤੋਂ ਉਸ ਹਲਕੇ ਰਿਸਪੋਂਸ ਨੂੰ ਕਬੂਲ ਕਰ ਲਵੇ ਜਿਹੜਾ ਸਮੇਂ ਨਾਲ ਫਿੱਟ ਹੀ ਰਹਿੰਦਾ। ਆਪਣੇ ਆਪਣੇ ਕੱਪੜੇ ਵਾਪਸ ਲਓ, ਅਗਰ ਮੈਸੇਜ ਦੇ ਵਿਸ਼ਵਾਸੀ ਬਣਨਾ ਹੈ ਫਿਰ ਮੈਨੂੰ ਐਸਾ ਰਿਸਪੋਂਸ ਦਾ ਜਿਹੜਾ ਸਮੇਂ ਦਾ ਰਿਸਪੋਂਸ ਹੈ, ਮੇਰੇ ਵੀ ਆਪਣੇ ਕੱਪੜੇ ਲੈ ਕੇ ਜਾ ਸਕਦੇ ਹੋ। ਤੁਸੀਂ ਲਾ ਲਓ ਮੇਰੇ ਲਈ ਇੱਕ ਚੱਲੇ ਨੇ, ਹਾਲੇਲੂਇਆ, ਕਿਉਂਕਿ ਆਵਾਜ਼ ਕੁਛ ਹੋਰ ਕਹਿ ਰਹੀ ਹੈ, ਆਓ ਆਪਣੇ ਰਿਸਪੋਂਸ ਉੱਚੇ ਕਰੀਏ। ਕਬੂਲ ਨਹੀਂ ਕੀਤਾ, ਪਵਿੱਤਰ ਆਤਮਾ ਇਹ ਕਬੂਲ ਨਹੀਂ ਕਰਦਾ, ਤਾਂ ਹੀ ਲੋਕੀ ਕਹਿੰਦੇ ਇੰਨੇ ਚਿਰ ਹੋ ਗਏ ਮੈਸੇਜ, ਫਿਰ ਵੀ ਉਹ ਚੀਜ਼ ਮਿਲਦੀ ਨੀ, ਮਿਲੇ ਕਿਤਾ ਕਿਉਂਕਿ ਤੁਹਾਡਾ ਰਿਸਪੋਂਸ ਠੀਕ ਨਹੀਂ ਹੈ। ਫਿਰ ਅਸਤ ਦੀਆਂ ਸਹੇਲੀਆਂ ਤੇ ਉਸਦੇ ਗੁਸਰਿਆਂ ਨੇ ਆ ਕੇ ਇਹ ਦੱਸਿਆ, ਤਦ ਮਲਕਾ ਬਹੁਤ ਦੁਖੀ ਹੋਈ ਅਤੇ ਉਸਨੇ ਕੱਪੜੇ ਭੇਜੇ ਕਿ ਮਾਰਦ ਕੇ ਨਵਾਏ ਜਾਣ ਤੇ ਤੱਪੜ ਉਹਦੇ ਤਲਾਏ ਜਾਣ, ਨਹੀਂ ਕਬੂਲ ਕੀਤਾ। ਤਦ ਅਸਤ ਨੇ ਪਾਤਸ਼ਾਹ ਦੇ ਉਹਨਾਂ ਖੁਸਰਿਆਂ ਵਿੱਚੋਂ ਜਿਹੜੇ ਉਹਦੇ ਸਾਹਮਣੇ ਖੜੇ ਰਹਿੰਦੇ ਸਨ, ਹਥਾਕ ਨੂੰ ਬੁਲਾਇਆ ਅਤੇ ਉਹਨੂੰ ਹੁਕਮ ਦਿੱਤਾ ਵੀ ਮਾਰਦ ਕਈ ਕੋਲ ਪੁੱਛੇ ਕਿ ਇਹ ਕੀ ਹੈ ਅਤੇ ਕਿਉਂ ਹੈ। ਹੁਣ ਥੋੜਾ ਜਿਹਾ ਠੀਕ ਹੋਈ, ਹੁਣ ਥੋੜਾ ਜਿਹਾ ਠੀਕ ਹੋਈ ਜਦੋਂ ਇਹ ਪੁੱਛਿਆ ਇਹ ਕੀ ਹੈ ਤੇ ਕਿਉਂ ਆ। ਜਰਾ ਤਾਂ ਪੁੱਛੋ ਤੇ ਸਹੀ ਵੀ ਹੋਇਆ ਕੀ ਹੋਇਆ, ਜਿਹੜੀਆਂ ਮੋਹਰ ਇੰਨੇ ਚਿਰ ਦੀਆਂ ਨਹੀਂ ਖੋਲੀਆਂ ਹੁਣ ਹੀ ਕਿਉਂ ਖੋਲੀਆਂ, ਕੀ ਹੋਇਆ ਜੋ ਯੁੱਗਾਂ ਦਾ ਅਗਲਾ ਥੰਮਾ ਫਿਰ ਤੋਂ ਵਾਪਸ ਆਇਆ, ਕੀ ਹੋਇਆ ਪਰਮੇਸ਼ਰ ਨੇ ਬੰਦੇ ਨੂੰ ਧਰਤੀ ਤੋਂ ਉਠਾ ਲਿਆ, ਬੰਦੇ ਚ ਲੈ ਗਿਆ ਔਰ ਆਪਣੇ ਆਪ ਨੂੰ ਉਹਨੇ ਖੋਲ ਦਿੱਤਾ, ਕੀ ਹੈ ਤੇ ਕਿਉਂ ਹੈ, ਕਿਉਂ ਕਿਤਾਬ ਛਾਪਣੀਆਂ ਹੈ, ਕਿਉਂ ਮੀਟਿੰਗਾਂ ਹੋ ਰਹੀਆਂ, ਕੀ ਹੈ ਤੇ ਕਿਉਂ ਹੈ। ਤੁਸੀਂ ਇੱਥੇ ਆ ਗਏ ਵੀ ਪੁੱਛ ਲੈ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕੀ ਹੈ ਤੇ ਕਿਉਂ ਆ, ਇੰਨਾ ਹੀ ਪਤਾ ਹੋਇਆ ਪਰ ਕੀ ਹੈ ਤੇ ਕਿਉਂ ਹੈ। ਕੁਮਾਰਮ ਨੇ ਕਿਹਾ ਇੰਨਾ ਪਾਵਰਫੁਲ ਮੈਸੇਜ ਹੈ, ਤੁਸੀਂ ਇੱਥੇ ਆ ਜਾਓ ਤੁਸੀਂ ਆਪਣੀ ਦੁਨੀਆ ਵੱਖਰੀ ਬਣਾ ਸਕਦੇ ਹੋ। ਆਮੇਨ, ਇਹ ਪਾਵਰਫੁਲ ਚੀਜ਼ ਹੈ, ਹਾਲੇਲੂਇਆ, ਆਮੇਨ। ਆਓ ਪੁੱਛੀਏ ਕੀ ਹੈ ਤੇ ਕਿਉਂ ਹੈ, ਇਹ ਰਿਸਪੋਂਸ ਬੜਾ ਵਧੀਆ ਨਹੀਂ, ਕਿਹਨਾਂ ਵੀ ਕਹਿ ਸਕਦੇ ਹੋ, ਹਾਲੇਲੂਇਆ। ਫਿਰ ਉਹਨੂੰ ਪੁੱਛਿਆ ਗੱਲ ਇਹ ਆ ਮਸਲਾ ਕੁਛ ਹੋਣ ਵਾਲਾ ਹੀ ਹੋ, ਹਾਲੇਲੂਇਆ। ਫਿਰ ਉਹ ਸੀਕ ਜਗ੍ਹਾ ਤੇ ਆਈ, ਫਿਰ ਉਹਨੇ ਆਪਣੀ ਸਹੇਲੀਆਂ ਨੂੰ ਕਿਹਾ ਜਾਓ ਹੁਣ ਰੋਜ਼ਾ ਰੱਖੋ, ਰੋਜ਼ਾ ਰੱਖੋ, ਜਾਓ ਸਾਰੇ ਜਣੇ ਪ੍ਰਾਰਥਨਾ ਕਰੋ,
ਤੂੰ ਭਾਵੇਂ ਮੈਂ ਮਰ ਗਈ ਤੇ ਮਰ ਗਈ ਹੁਣ ਪਰ ਬਚਾਵਾਂਗੀ ਇਹ ਰਿਸਪੋਂਸ ਚੱਲਦਾ ਹੀ ਮਾਰ ਕੇ ਇਹ ਰਿਸਪੋਂਸ ਚੱਲਦਾ ਸੀਗਾ ਕਿਉਂਕਿ ਇੱਥੇ ਆ ਗਏ ਹੁਣ ਕੁਛ ਵੀ ਹੋ ਜਾਏ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਭਾਵੇਂ ਚੰਗਾਈ ਮਿਲੇ ਜਾਂ ਨਾ ਮਿਲੇ ਹਾਲੇਲੂਇਆ ਭਾਵੇਂ ਮੈਂ ਮਰ ਜਾਵਾਂ ਪਰ ਮੈਂ ਇਸ ਮੈਸੇਜ ਦੀ ਵਾਅਦਾ ਪੂਰਾ ਕਰਕੇ ਜਾਵਾਂਗਾ ਇਹ ਠੀਕ ਰਿਸਪੋਂਸ ਹੈ ਉਹਨੇ ਕਿਹਾ ਆਪਣੀ ਸਹੇਲੀਆਂ ਨੂੰ ਕਿਹਾ ਜਿਹਨਾਂ ਨੇ ਉਹਦੇ ਨਾਲ ਵਰਤ ਰੱਖਿਆ ਆਪਣੇ ਚਾਚੀ ਕਹਿ ਕੀ ਤੁਹਾਡੀਆਂ ਸਹੇਲੀਆਂ ਹੈਗੀਆਂ ਜੋ ਤੁਸੀਂ ਰੋਜ਼ਾ ਰੱਖ ਲਈ ਕੋ ਤੁਹਾਨੂੰ ਰੱਖ ਲੈਣ ਤੁਹਾਡੇ ਦੋਸਤ ਇੱਧਰ ਹੈਗੇ ਜਿਹਨਾਂ ਨੂੰ ਰੋਜ਼ੇ ਨੀ ਕੋ ਤੁਹਾਡੇ ਇੱਧਰ ਦੋਸਤ ਹੈਗੇ ਜਿਹਨਾਂ ਨੂੰ ਕੋ ਆਓ ਰੋਜ਼ਾ ਰੱਖ ਕੇ ਰੱਖ ਲੈਣ ਸਹੀ ਦੱਸਿਓ ਜੇ ਤੁਹਾਡੀਆਂ ਸਹੇਲੀਆਂ ਨਹੀਂ ਹੈ ਨਾ ਫਿਰ ਥੋੜਾ ਬਚੋ ਉਹਨਾਂ ਤੋਂ ਕਿਉਂਕਿ ਬਗਲਾ ਨੇ ਕਿਹਾ ਤੁਹਾਡੀ ਸੰਤੀ ਦੱਸਦੀ ਵੀ ਕੀ ਹੋ ਸਹੇਲੀਆਂ ਵਧੀਆ ਜਿਹਨਾਂ ਨੂੰ ਰੋਜ਼ਾ ਰੱਖੀਏ ਥੋੜਾ ਰੱਖ ਲਿਆ ਕਾਸ਼ ਪ੍ਰਭੂ ਸਾਨੂੰ ਵੀ ਇੱਧਰ ਦੋਸਤ ਦੇਵੇ ਜਿਹਨੂੰ ਜਿੱਦਾਂ ਕਿਹਾ ਜਾਏ ਉਦਾਂ ਮੰਨ ਲਵੇ खड़ी हुई कोई मतलब नहीं प्रॉब्लम सी कि हालात सीगे ठीक रिस्पॉन्स उ आ गई और परमेश्वर ने राह खोल दिते ਕਈ ਕਹਿੰਦੇ ਸਾਡੇ ਕੋਲ ਮਕਸਦ ਤੇ ਆਏ ਨੀ ਜਾ ਰਿਹਾ ਕਿਉਂਕਿ ਆਲੇ ਦੁਆਲੇ ਸਾਡੇ ਮਾਹੌਲ ਹੀ ਠੀਕ ਨਹੀਂ ਹੈ ਮੇਰੇ ਨਾਲ ਦਾ ਫਿੱਟ ਨਹੀਂ ਬੈਠਿਆ ਹਾਲੇਲੂਇਆ ਉਹ ਨਾਲ ਦਾ ਸੈੱਟ ਨਹੀਂ ਉਹਦੇ ਕਰਕੇ ਮੈਂ ਮੇਰਾ ਹੀ ਮਕਸਦ ਨਹੀਂ ਜੀਵਨ ਚ ਪੂਰਾ ਹੋ ਰਿਹਾ ਮੇਰਾ ਮਕਸਦ ਤੇ ਤਾਂ ਰੁਕਿਆ ਮੇਰਾ ਆਲਾ ਦੁਆਲਾ ਹੀ ਠੀਕ ਨਹੀਂ ਮੇਰੀ ਉਹ ਕਲੀਸਿਆ ਦੀ ਭੈਣ ਉਹ ਭਾਈ ਜਦ ਤੱਕ ਨਹੀਂ ਨਾ ਹੰਡਦੇ ਮੇਰੇ ਤਦ ਤੱਕ ਮਸੀਹ ਜੀਵਨ ਨਾ ਜਦ ਤੱਕ ਮੇਰੇ ਨਾਲ ਦਾ ਪਾਦਰੀ ਛੱਡ ਕੇ ਨਹੀਂ ਨਾ ਜਾਂਦਾ ਤਦ ਤੱਕ ਮੇਰੇ ਜੀਵਨ ਚ ਮਕਸਦ ਪੂਰਾ ਨਹੀਂ ਹੋਣਾ अगर तुहाडे कोल प्रकाशन है कि तुहाडे जीवन च मकसद की है मैं कोई गल कह लगा तुहाडे आले दुआले कुछ भी हो जाए तो मकसद अगर प्रकाशन तुहाडे कोल है कोई भी चीज तुहाडे मकसद नूं रोक नहीं सकदी जो परमेश्वर ने ठहराया तुहाडे जीवन च पूरा होना ही है हालेलुया अगर परमेश्वर ने ठहराया तुसीं इस बंदगी चाहो भाई कश्मीर नाम ही जान तूं तां इत्थे लैके आवे अपने प्रकाशन नाल अपने मकसद नूं फड़ा जदों यीशु मसीह नूं पता ही मेरे जीवन च मकसद की है इसलिए हजारा ही लोग इस तरह खड़े हो जाने वो कदे हिलना नहीं सीगा वो अपना काम करता रहा हाल ही में उनको जानता है कि मेरा मकसद की मैं पूरा कर रहा वो कच्चा नहीं इसलिए उन्हें पैतृस नु पहले ही दस जाके यह बंदे जिन्हें मैंने पढ़वाना क्योंकि उन्हें पता ही जब मैं पहले दस दिता ना इन्हें उन्हें दोवे कान ला देने सारा प्रोग्राम खराब हो जाना इसलिए उन्हें कहा चली जा तू भी और मेरे सामने जीवन च मेरा काम पूरा हो ही जाना है क्योंकि कोई भी इलाज मकसद पूरा करने को रोक नहीं सकती क्योंकि बगलाल ने क्या हालेलुया आमीन थोड़ा थोड़ा बहुत मैं बार इतना करना चाहता हूँ मैं माफी चाहना इस काम में बैठे 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 हेलो ऑन टू हालेलुया क्योंकि काम रोक नहीं सकता जब मैं चलाया थे किन ताली भी आ सकते एक बार हालेलुया बगलाल ने क्या ਇਹ ਸੰਦੇਸ਼ ਆ ਦਾ ਵੇ ਬੈਕ ਔਰ 26 ਨੰਬਰ ਪੈਰਾ ਤੇ ਉਹਨੇ ਕਿਹਾ ਓ ਮਾਈ ਗੋਡ ਵਿਲ ਵਰਕ ਹਿਸ ਵੇ ਪਰਮੇਸ਼ਵਰ ਆਪਣੇ ਕੰਮ ਨੂੰ ਕਰੇਗਾ ਡਿਸਪਾਈਟ ਐਨੀਥਿੰਗ ਐਨੀਬਾਡੀ ਐਲਸ ਕੈਨ ਡੂ ਅਬਾਊਟ ਇਟ ਭਾਵੇਂ ਕੋਈ ਇਹਦੇ ਬਾਰੇ ਚ ਜੋ ਮਰਜ਼ੀ ਕਰ ਲਵੇ ਪਰ ਪਰਮੇਸ਼ਵਰ ਆਪਣੇ ਕੰਮ ਨੂੰ ਕਰੇਗਾ ਹਾਲੇਲੂਇਆ ਗੋਡ ਇਸ ਗੋਇੰਗ ਟੂ ਡੂ ਇਟ ਪਰਮੇਸ਼ਵਰ ਇਸ ਨੂੰ ਕਰਕੇ ਰਹੇਗਾ ਹੀ ਇਸ ਗੋਇੰਗ ਟੂ ਡੂ ਇਟ ਇਨ it in his own way parmeshwar is nu apne hi tareeke de naal karega amen we are not going to stop it at all assi kise bhi tarah rukange nahi hallelujah koi nu kise bhi tarah rukega nahi amen we are not going to even hinder it
और असी किसे भी तरह इन रुकावट नहीं बनांगे दे लई। That's all. यही बात सब कुछ है। He is going to do it anyhow. वो किसे भी तरह इन करेगा ही। He is going to have a church. ओदा एक कलीसिया होवेगी। I don't care who says he would not. और मेनू कोई परवाह नहीं कौन कहंदा कि नहीं है मैं नहीं हाँ। And how many unbelievers rise up? किन्ने भी अविश्वासी क्यों ना खड़े हो जान। God's going to have a church without spot and wrinkle. पर परमेश्वर को एक बिना चुगली दी कलीसिया होवेगी। अपनी रहाब कट रहेगा जिन्नी मर्जी गिरी हो रही दोबारा वड्डिया हो गया। हालेलुया कुछ भी बाकी नहीं रहा परमेश्वर कलीसिया खड़ी करेगा। कहीं किसी नवे संदेश की उड़ीक नहीं कर रहे कहीं किसी नवे दूत दे खड़े होने की उड़ीक नहीं कर रहे। कितने का सहमत है कोई नवा मैसेज आए कोई नवा नवी खड़ा होए कई नवी सिक्ख्या दे खड़े होने की उड़ीक नहीं कर रहे। कहीं जानते कि साढ़े को प्योर संदेश है और चीज उड़ीक की लड़ नहीं क्योंकि जो सुदोम मोरा सड़न वाला सी तू तो संदेश बोल चुका सी जिन्हें श्री का बदल जाना कर देना है क्या कह सकते हैं वो मैसेज निकल चुका है जिन्हें उन्हें दे बदल देनी सी विश्वास कर दे सुदोम मोरा सड़न तो पहलो वो संदेश निकल चुका है जिन्हें उन्होंने शिव अंत समय के वादे हैं पर इन्होंने वादे चाल नहीं बदला ने किस की करना पैना है संदेश है लुक अवे टू जीसस यीशु दे वाल तकना संदेश दे बच्चे हैं कुरान में क्या वी हैव गो टू गेट इन द स्पिरिट ऑफ द लास्ट डेज व्हेन द लास्ट डेज आर हियर जब आखिरी दिन च असि आ गए हां तो सानू आखिरी दिन दे आत्मा दे विच होना पैना है। सुनया की क्या कुरान में कह रहे आखिरी समय ते आगे सानू आखिरी समय दे आत्मा च होना पैना है। आमीन। यू गो टू अ डांस हॉल यू हैव गो टू गेट इन द स्पिरिट ऑफ डांसिंग जो तुम किसी नचन वाले स्थान से जाते हो तो नचन की आत्मा चाहना पैदा है और दे वुड नॉट डांस और जेड़ा नहीं आत्मा चाहूगा नचन दे जो डांस नहीं करेगा। यू गो टू द चर्च यू हैव गो टू गेट इन द स्पिरिट ऑफ वर्शिप बिफोर यू कैन वर्शिप जो तुम चर्च में जाते हो इस तो पहले कि तुम चर्च च जाओ तुम उस्तत करने वाले आत्मा दे विच होना पैदा है। द वर्ड्स गो टू गेट इन द स्पिरिट ऑफ द लास्ट डेज बिफोर द लास्ट डेज कैन कम दुनिया सारी अंतिम दिनों की आत्मा च आ गई है इस तो पहला कि आखिरी दिन आवे। आमीन आमीन हालेलुया हालेलुया ने कहा इस तो पहले कि आखिरी दिन आए दुनिया आखिरी दिनों की आत्मा च आ गई। कुछ भी होने तो पहला लोग आत्मा चाहते हैं ध्यान दो जो कि ब्याह से जाना होता कई शरीक बंदे ने वो ब्याह से जाके आत्मा च नहीं आता वो पहले ही उस आत्मा च आ जाता है ओथे ते जाके उन्हें आजादी मिल जाती भरपूरी पर पहले आत्मा चाहता है इन्हें लड़ना है ना पहले लड़ाई वाले आत्मा चाहता है इन्हें चुगली करनी हो पहले चुगली वाले आत्मा चाहता है इन्हें कुछ भी करना हो पहले आत्मा चाहता है। और पता ये संसार नाश होने वाला है ये संसार नरक च जाने वाला है फिर नरक च जाने तो पहला वो नरक वाले आत्मा च नहीं आ गया तेरा मतलब यह नहीं पाता कि रैप्चर तो पहला लोग रैप्चर वाली आत्मा चाहे चाहिए हमें कह सकते जी सही है लोग नाश इसलिए हो जा रहे क्योंकि पहले आत्मा चाहे नाश होने वाले फिर लोग रैप्चर से जान तो पहला रैप्चर वाले आत्मा जान गए फिर कितने वो आत्मा रैप्चर वाला कितने लोग ने रैप्चर वाले आत्मा जागे क्योंकि
नहीं अपने आत्मा चाया, क्यों ना अपने आत्मा चाया, लोग अपने आत्मा चाया, फिर इस समय दिलाड़ी भी रक्षक को पहला रक्षक वाले आत्मा चाहेगी। वादा पूरा होने देख रहे हो तो तुम पूरा हों देखोगे कैसा निर्भर एक आदत ही देखती रहे हो जेडे आज के वादे देखोगे देख पाओगे कितने आने आज के वादे देखना चाहते हो कि तुम सच्ची हाथ उठा सकते हो जब अज के वादे ने देखा आज के समय ने देखा हालेलुया महिमा मिले साडे समय च महान वादे रखे गए उन्होंने चो कुछ मैं लवांगा अज तुम सब संदेश जाने वाले हो सिर्फ उन्होंने रिपीट करांगा हालेलुया इस युग च बहाली का वादा सीगा दुल्हन रूपी रुख की बहाली किताब संदेश में प्रचार किया कि बढ़िया मैं क्या ही ना वैसे जो चर्चा करो सात मार्च नहीं आए कि थोड़े हाथ खड़े हुए संदेश में पढ़ने की हालेलुया द रिस्टोरेशन ऑफ द ब्राइट ट्री अब्राहम ने क्या परमेश्वर का रुख सीगा जिसे पहले फल खादे गए फिर पत्ते खादे गए छाल खादी गई और रस ले लिया गया उन्होंने कहा आखिर दिन वादा सीगा ओही रस ओही छाल ओही संगति ओही फल फिर वापस आ गएगा और परमेश्वर इस युग में नबी के जज ने प्रचार किया क्योंकि यह हो चुका सीगा दुल्हन रोपी रुख की बहाली केड़ा केड़े फल पेंटिकोस्ट वाले फल केड़ी संगति पेंटिकोस्ट वाली संगति केड़ा जीवन पेंटिकोस्ट वाला जीवन केड़ा आत्मा पेंटिकोस्ट वाला आत्मा दुल्हन रूपी रुख की बहाली है और यह वादा सी इन्होंने दिनों की वादे च हो कह सकते हैं हाल रखनी है प्रभु महिमा मिले दुल्हन रूपी रुख की बहाली हुई है बहुत जन देख रहे कि वादे से कि दिन सिर्फ यही वादा नहीं सी बल्कि चार की पंच रवि आएगा बस इतने तक काम खत्म नहीं सी इस करके कह रहे हैं क्योंकि बहुत सारे नहीं मानते बस फलाने ही वादा रखे घरे वो इतने मानते हैं सच्ची गल है इस तो बाद नहीं मानते एक वादा सीगा शामा दे वेले चानन होगा और इस लिखत ने बहुत बारी सुनिया पढ़िया है शामा दे वेले चानन होगा इंजाम युग की शामा च है और इस शामा दे वेले चानन होने का वादा है हूं बहुत ध्यान सुने एक पैरा भगवान ने की बोले शामा दे वेले की होएगा बहुत ध्यान सुने मेरी बेनती है सुन दे सर शामा दे वेले चानन होएगा इहदा की सीगा मैसेज है द माइटी गॉड अनवेल्ड बिफोर अस शक्तिशाली परमेश्वर साडे सामने बेपर्दा हो गया जानना चाहते हो कि शामा दे वेले चानन होने का की मतलब सीगा भगवान ने क्या ध्यान दे बट इन द इवनिंग टाइम इट शैल बी लाइट ही सेड इन द इवनिंग टाइम पर चानना होगा एंड नो स्क्रिप्चर कैन बी ब्रोकन एक भी लिखत तोड़ी नहीं जा सकती एक भी लिखत तोड़ी नहीं जा सकती शामा दे वेले चानन होना सी बेदा वादा है आमेन ध्यान दोगे भगवान ने की क्या उन्हें क्या एंड द सेम सन That poured out himself to Kenos on the day of Pentecost
promised to do the same thing in the evening time. और जिस सूरज ने पुत्र ने स्वयं जिस पुत्र ने अपने आप नूंढेलिया 35 दिन दो दिता अपने आप लोगों के उत्ते उसे दा वादा सी वो दोबारा फिर लोगों उत्ते आखिरी दिन उंडेलिया जाएगा शब्द मतलब कुछ कड के पा दिता जाए उल्टी निकली और निकल पैगी पेपर का होना संदेश और राइट वर्ड है कैनोस कैनोस का मतलब है कि उन्हें अपना आप ही उंडेल दिता अपने बिचो कुछ नहीं कटिया कह सकते हो अपने बिचो नहीं कुछ कटे अपना आप ही उंडेल दिता पुत्र जेड़ा उदो पेंटिकोस्ट वाले दिन अपने लोगों ने उंडेलिया गया शामा ने वेले उस ही पुत्र का अपनी कलीसिया उंडेले जान का वादा है शामा दे वेले चलना होगा कि वादे च हो सीरियस ले वैसे वादा तो यह कि उही पुत्र जो पेंटिकोस्ट च फिर तो उंडेलिया जाएगा और शामा ने वेले है आमीन बाकी चार क्यों आया ताकि पुत्र दिलों प्यो वाल मोड़े वो पुत्र दिलों प्यो वाल इना क मोड़ेगा इना क मोड़ेगा इना क मोड़ेगा कि इस समय के पुत्र बिल्कुल अपने प्योवे वाग उस आत्मा दिलों पर जाएंगे ये मोड़ना होगा असल हालेलुया यही ना उन्होंने वागू ही बपतिस्मा देना है उन्होंने वागू ही प्रभु भोज करने हैं इन्ना ही नहीं फिर तो प्यो तो उस पुत्र भर गए इस समय का चर्च उस पुत्र नाल भर के जब की वादा शामा ने वेले का हालेलुया तू मैं पूछता कि ये वादे च हां जे नहीं अज फैसला करके जाए हालेलुया उहदे नाल महिमा मिले परमेश्वर का वादा सी और ये पूरा कर भी रहा है वो पुत्र फिर तो उंडेलिया जा रहा है परमेश्वर फिर चमत्कार कर रहा खाली बर्तन भरे जा रहे हैं खाली खाली बर्तन भरे जा रहे हैं सिर्फ खाली हालेलुया ठीक कह सकते हो कि ये कितने हो रहा है ये दरवाजे के पीछे है ये पब्लिक शो नहीं है कुछ लोग हां सच्ची है चर्चा के कुछ लोग हां जिन्होंने बेचे शामा के वादे का वचन पूरा हो रहा है क्यों असि लोग अपने हाथ उठा सकते हैं अगले सही है कुछ लोग हर जिन्हें काम हो रहा है मनुख ने पुत्र का इस समय वापस आना कह सकते हैं योजना भरती है मैं अपने समय के मनुख के पुत्र की गल कर रहा हालेलुया सारा शब्द क्या जिन्हें नूह और लूह के दिनों च होया उस तरह मनुख के पुत्र के प्रगट होने दिनों च होगा और सारे जानते हैं कि यही दिन है मनुख का पुत्र प्रगट होया उत्पत्ति 18 दे आए साडे दिलां च रियालिटी च वापरिया आमीन आमीन कह सकदे आ उत्पत्ति 18 दे आए क्योंकि परछावा सी एक तस्वीर सी ओदी रियालिटी इस समय च पूरी होई हालेलुया परमेश्वर इक देख हालेलुया हुण ध्यान दियो फिर पढ़ लगा है एंड वी फाइंड आउट द हेयर दैट गॉड हैज ऑलवेज हैड स्किन ऑन हिम अभी देखते हैं कि हमेशा ही परमेश्वर चमड़ी च लुकदा है लुक के पुत्र का वादा सीगा बलराम कह रहा परमेश्वर सदा ही एक चमड़ी च लुकदा है आमीन व्हेन मोसेस सीन हिम ही हैड स्किन ऑन हिम लुक लाइक अ मैन जब मूसा ने उसको देखा सी तो चमड़ी वे सी और उते एक मांस सी लुक के वांग सीगा लुक वांग सीगा When God was behind the curtain, he had skin on him. जदो परमेश्वर पर्दियां ने पीछे सी तो ओदे उत्ते मांस सी चमड़ी सी हालेलुया कि हमें कह सकते हैं आमीन हुणे ही पढ़े कि शामा दे वेले वादा है कि उसी पुत्र दा फिर तो कलीसिया च वापस आना हुण अगली लाइन में पढ़ लगा And God tonight in his church is wear in his church with skin on it. आज परमेश्वर अपनी कलीसिया च अपने आप नु चमड़ी च अपनी कलीसिया च लुकोए हुए हैं क्रियाविन कह सकते हैं He is still the same God tonight. आज रात भी वही परमेश्वर है परमेश्वर चमड़ियां दे विच
ਆਮੇਨ ਕਿਨੇ ਆਮੇਨ ਕਹਿ ਸਕਦੇ ਆ ਕਿਨੇ ਜਾਣਦੇ ਪਰਮੇਸ਼ਰ ਚਮੜੀ ਚ ਸੀ ਜਦੋਂ ਆਪਣੀ ਪਿੱਠ ਘੁਮਾਉਂਦਾ ਸੀਗਾ ਇਹ ਕੋਈ ਬੰਦਾ ਨਹੀਂ ਕਰ ਸਕਦਾ ਆਮੇਨ ਇਹ ਕੋਈ ਬੰਦਾ ਨਹੀਂ ਕਰ ਸਕਦਾ ਮੈਨੂੰ ਪਤਾ ਹੈ ਤੂੰ ਪਲਾਨਿੰਗ ਉੱਥੇ ਪਰਚੀ ਬਣਾ ਕੇ ਕੀਤੀ ਸੀਗੀ ਤੈਨੂੰ ਕੋਈ ਬਿਮਾਰੀ ਨਹੀਂ ਤੂੰ ਚੱਲ ਜਾ ਇਹ ਕੋਈ ਬੰਦਾ ਨਹੀਂ ਕਰ ਸਕਦਾ ਮੈਂ ਮੱਛੀ ਤੈਨੂੰ ਹੁਕਮ ਦਿੰਦਾ ਤੇ ਜੀਵਨ ਵਾਪਸ ਆ ਜਾਏ ਤੂੰ ਬੋਲ ਤੈਨੂੰ ਕੀ ਚਾਹੀਦਾ ਮੇਰੇ ਕੋਲ ਮਿਲੇਗਾ ਮਨੁੱਖ ਨਹੀਂ ਸੀਗਾ ਮਨੁੱਖ ਦਾ ਪੁੱਤਰ ਦਾ ਪ੍ਰਗਟੀਕਰਨ ਸੀ ਕਹਿ ਸਕਦੇ ਆ ਵਿਸ਼ਵਾਸੀਆਂ ਦੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਪਰਮੇਸ਼ਰ ਬੇਪਰਦਾ ਹੋ ਗਿਆ ਲੋਕ ਹਜੇ ਵੀ ਨਹੀਂ ਦੇਖ ਸਕੇ ਕਿਹਾ ਵੀ ਕਹਿ ਸਕੇ ਉਹਨੂੰ ਨਹੀਂ ਦੇਖ ਸਕੇ ਭਗਵਾਨ ਨੇ ਕਿਹਾ ਅੱਜ ਆਪਣੇ ਰੀਤੀ ਰਿਵਾਜਾਂ ਕਰਕੇ ਉਸ ਬੇਪਰਦਾ ਪਰਮੇਸ਼ਰ ਨੂੰ ਨਹੀਂ ਦੇਖ ਪਾ ਰਹੇ ਕੂਚ ਦੀ ਕਿਤਾਬ ਚ ਇਹਦਾ ਹਵਾਲਾ ਹੈ ਸਾਡੇ ਕੋਲ ਦੈਟ ਦਾ ਓਲਡ ਬੈਜਰ ਸਕਿਨਸ ਵਾਟ ਡਿਡ ਇਟ ਡੂ ਔਰ ਉਹ ਪੁਰਾਣੇ ਬਿਜੂਆਂ ਦੀ ਜੋ ਚਮੜੀ ਸੀ ਉਹ ਕੀ ਕਰਦੀ ਸੀ ਇਟ ਹਾਈਡ ਦਾ ਗਲੋਰੀ ਆਫ ਗੋਡ ਫਰੋਮ ਦਾ ਪੀਪਲ ਇਹ ਲੋਕਾਂ ਤੋਂ ਪਰਮੇਸ਼ਵਰ ਦੀ ਮਹਿਮਾ ਨੂੰ ਲੁਕੋ ਲੈਂਦੀ ਸੀ ਦਾ ਬੈਜਰ ਸਕਿਨਸ ਬਿਜੂਆਂ ਦੀ ਚਮੜੀ ਈਵਨ ਪੀਪਲ ਕੁਡ ਨੋਟ ਸੀ ਇਟ ਲੋਕ ਇਸ ਨੂੰ ਇਥੋਂ ਤੱਕ ਹੀ ਵੇਖ ਨਹੀਂ ਸਕਦੇ ਸਨ ਆਮੇਨ ਬਿਕੋਜ਼ ਇਟ ਵਾਸ ਅ ਸਕਿਨ ਦੈਟ ਹੈਲਡ ਇਟ ਕਿਉਂਕਿ ਇਹ ਚਮੜੀ ਸੀ ਜਿਹਨੇ ਲੁਕੋਇਆ ਹੁੰਦਾ ਸੀ ਉਹਦੀ ਮਹਿਮਾਨ ਪਤਾ ਨਾ ਉਸ ਪਵਿੱਤਰ ਥਾਂ ਚ ਰਹਿੰਦਾ ਸੀਗਾ ਬਾਹਰ ਚਮੜਾ ਹੀ ਲੁਕ ਨਹੀਂ ਦੇ ਸਕਦੇ ਸੀ ਦ ਗਲੋਰੀ ਆਫ ਗੋਡ ਵਾਸ ਬਿਹਾਈਂਡ ਦ ਸਕਿਨ ਪਰਮੇਸ਼ਵਰ ਦੀ ਮਹਿਮਾ ਪਰਦੇ ਦੇ ਚਮੜੀ ਦੇ ਪਿੱਛੇ ਸੀ ਕਿਹਾ ਜਾਂਦੇ ਯਿਸੂ ਮਸੀਹ ਧਰਤੀ ਤੇ ਸੀਗਾ ਪਰਮੇਸ਼ਵਰ ਦੀ ਮਹਿਮਾ ਚਮੜੀ ਦੇ ਪਿੱਛੇ ਸੀ ਧਿਆਨ ਦਿਓ ਐਂਡ ਨਾਓ ਦ ਗਲੋਰੀ ਆਫ ਗੋਡ ਇਜ਼ ਬਿਹਾਈਂਡ ਆ ਯੋਰ ਸਕਿਨ ਅੱਜ ਧਿਆਨ ਦਿਓ ਪਰਮੇਸ਼ਵਰ ਦੀ ਮਹਿਮਾ ਤੁਹਾਡੀ ਚਮੜੀ ਦੇ ਪਿੱਛੇ ਹੈ ਵਚਨ ਸੀ ਲੋਕ ਸਿਰਫ ਖਲੜੀ ਨੂੰ ਦੇਖਦੇ ਉਦੋਂ ਵੀ ਜਾਨਵਰ ਦੀ ਖਲੜੀ ਦੇਖਦੇ ਸੀ ਜਾਨਵਰ ਇੰਨੇ ਵਧੀਆ ਨਹੀਂ ਸੀਗੇ ਅੱਜ ਵੀ ਕੁਛ ਬੰਦੇ ਅੱਜ ਨਰਿੰਦਰ ਪਰਮੇਸ਼ਰ ਦੇ ਧਾਰੀ ਆ ਲੋਕ ਸਿਰਫ ਉਹਦੀ ਖਲੜੀ ਨੂੰ ਦੇਖਦੇ ਆ ਕਹਿ ਸਕਦੇ ਆ ਪਰ ਉਹ ਨਹੀਂ ਜਾਣਦੇ ਉਹ ਪਰਮੇਸ਼ਰ ਦੀ ਮਹਿਮਾ ਤੋਂ ਛੁਪ ਰਹੇ ਆ ਉਹ ਤੋਂ ਖੁੰਝ ਰਹੇ ਆ ਉਹ ਸਿਰਫ ਬਾਹਰ ਦੀ ਚਮੜੀ ਦੇਖ ਰਹੇ ਆ ਇਹਨੂੰ ਤੇ ਮੇਰੀ ਮੈਂ ਉਹ ਇਤਿਹਾਸ ਜਾਣਦਾ ਆ ਇਹ ਕਿਉਂ ਗਲਤੀ ਸੀਗੀ ਇਹਦਾ ਕੁਛ ਵੀ ਹੋ ਸਕਦਾ ਪਰ ਹੋ ਸਕਦਾ ਪਰਮੇਸ਼ਰ ਉਸੇ ਸਕਿਨ ਦੇ ਪਿੱਛੇ ਹੋਵੇ ਹਾਲੇਲੂਇਆ ਆਮੀਨ ਸਮਰਤੀ ਪਰਮੇਸ਼ਰ ਦੇਹ ਚ ਸੀ ਆਪਣੇ ਕੰਮਾਂ ਨੂੰ ਕਰ ਰਹੇ ਪਰ ਹਜੇ ਵੀ ਉਹ ਨਹੀਂ ਦੇਖ ਸਕੇ ਆਮੀਨ ਪਰਮੇਸ਼ਰ ਸਰੀਰ ਚ ਸੀਗਾ ਵਿਸ਼ਵਾਸੀ ਦੇਖਿਆ ਪਰ ਬੇਪਰਤੀ ਤੈਨੂੰ ਨਹੀਂ ਦੇਖ ਸਕੇ ਕਮਰਾਨ ਨੇ ਕਿਹਾ ਉਹਦੇ ਕੋਲ ਆਏ ਔਰ ਉਹਨਾਂ ਨੇ ਉਹਨੂੰ ਆ ਕੇ ਕਿਹਾ ਸਵਾਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋ ਇਹ ਜਾਣਦੇ ਹਾਂ
पता है कि तुम गुरु होके परमेश्वर जी वालों आए हो, क्योंकि ये निशान जो तुम दिखाते हो कोई नहीं दिखा सकता जे परमेश्वर ना हो। भगवान ने क्या उन्होंने ये क्या ही जानते कि तुम कोई नहीं दिखा सकते जब तक परमेश्वर ना हो, और ये नहीं जानते परमेश्वर ही खुद आप है, कोई नहीं जानते खुद परमेश्वर ही है। ओ हालेलुया, कितना अजीब लगे जब भाई नु कहीं कश्मीर नु कोई आके कवे सब लगता तू पास्टर हो, लगता नहीं पास्टर ही हो, भविष्यवाणी की पुस्तक पेज नंबर 34 यही जानते हैं 16 नवंबर 2018 की तरीक है उसे, ये जो ने कहा यदि आप शिक्षित होना चाहते हैं तो आपको हिदायतें भी पूरी करनी पड़ेगी। अपनी किताब चाहिए क्यों लेके क्या विलियम ब्रानहम एक महान परमेश्वर के दास थे जिनका अभिषेक और भविष्यवाणी का वरदान बहुत ही गहरा था, वही भी फिर तो यही जानते हैं। एक बार एक व्यक्ति उनको मूर्ख बनाने के लिए उनसे झूठ बोलता है कि मुझे कैंसर है मेरे लिए दुआ करो, परंतु परमेश्वर के दास ने उससे कहा कि तू झूठ बोलता है, तुझे कोई कैंसर नहीं है और आज से 3 दिन बाद तू कैंसर से मर जाएगा, और ऐसा ही हुआ। फिर तो ही नहीं मनुख का पुत्र प्रकट होया, नहीं जानते हैं पर ये नहीं जानते कि वो ही है, और फिर आके सानू पता उदा मसा देखो भेनो भरावो भाई रतन जो ने बहुत वधिया गल की, उन्हें क्या 12 बंदिया का खाना लैन जाना हो किन्ने जने लैन जाणगे, उन्होंने 12 बंदे की रोटी खानी है किन्ने जने जाणगे रोटी लैन बाजारों कुछ लै, एक या दो चल जाएंगे वो तो बाद 3 चल जाएंगे, पर यीशु मसीह ने 12 ही भेजते। परमेश्वर अपने आप प्रकट करने आ रहे अजीब प्राण होंगे बाजारों कुछ मंगा हो सारे टब्बर ने खाने दिखा घर ने सारी चलन कि तरह लगे पर यीशु मसीह से उन्हें किया वो भी चल गए, उन्होंने भी कहा खाना ही लिया है इतने लागे रुकने परमेश्वर सी जो अपनी योजना पूरी कर रहा है जो उन्हें धारिया उन्हें करना ही है। फिर कि अजीब गल जो रोटी है कहना मैं भुख नहीं एक होर वादा इट इज यूनाइटिंग टाइम एक ही करने का समय है। हालेलुया, एकता का टाइम है। भगवान ने क्या
ਮੇਰੇ ਮੈਨੂੰ ਪੰਜਾਬੀ ਚ ਹਵਾਲੇ ਲੱਗ ਗਏ ਮੈਂ ਉਹ ਕਰ ਰਿਹਾ ਨੰਬੇ ਨੰਬਰ ਪੈਰਾ ਮੰਗਾ ਨੇ ਕਹਿਤੇ ਹਾਲ ਸਰ ਮੈਂ ਵਾਅਦਿਆਂ ਦੀ ਗੱਲ ਕਰ ਰਿਹਾ ਨਸ਼ਾ ਮਰ ਵੇਲੇ ਚਾਵਣ ਹੋਏਗਾ ਲੁੱਕ ਦਾ ਪੁੱਤਰ ਪ੍ਰਗਟ ਹੋਏਗਾ ਆਮੇ ਜਦੋਂ ਰਾਣਾ ਨੇ ਕਿਹਾ ਇਹ ਕੀ ਕਰਨ ਦਾ ਸਮਾਂ ਆਇਆ ਉਹਨੇ ਕਿਹਾ ਨੱਬੇ ਨੰਬਰ ਪੈਰਾ ਚ ਉਸਨੇ ਕਿਹਾ ਇਹ ਵੀ ਹੈ ਇਹ ਸਭ ਰਾਸ਼ਟਰਾਂ ਦਾ ਏਕੀਕਰਨ ਇਹ ਨਿਸ਼ਾਨ ਰਾਸ਼ਟਰੀ ਨਿਸ਼ਾਨ ਅਸੀਂ ਸੰਸਾਰ ਵਿੱਚ ਇਹਨਾਂ ਨੂੰ ਵੇਖਦੇ ਹਾਂ ਥਾਂ ਥਾਂ ਤੇ ਭੁਚਾਲ ਵੱਖ ਵੱਖ ਚੀਜ਼ਾਂ ਏਕਾ ਕਰ ਰਹੀਆਂ ਹਨ ਕਰ ਰਹੀਆਂ ਪਾਕਿਸਤਾਨ ਚਾਹੁੰਦਾ ਸਾਰੇ ਮੇਰੇ ਨਾਲ ਰਲ ਜਾਣ ਅਮਰੀਕਾ ਚਾਹੁੰਦਾ ਸਾਰੇ ਮੇਰੇ ਨਾਲ ਰਲ ਜਾਣ ਮੋਦੀ ਚਾਹੁੰਦਾ ਸਾਰੇ ਮੇਰੇ ਨਾਲ ਰਲ ਜਾਣ ਕੇਜਰੀਵਾਲ ਚਾਹੁੰਦਾ ਹੁਣ ਵਾਹਵਾ ਵਕਤ ਪਿਆ ਆ ਕਾਂਗਰਸ ਦਾ ਤੇ ਬੀਜੇਪੀ ਦਾ ਸਾਰੇ ਮੇਰੇ ਨਾਲ ਰਲ ਜਾਣ ਪਾਸਟਰ ਚਾਹੁੰਦੇ ਆ ਸਾਰੇ ਮੇਰੇ ਨਾਲ ਰਲ ਜਾਣ ਕੋਈ ਝੁੰਡ ਚਾਹੁੰਦਾ ਸੰਸਥਾ ਚਾਹੁੰਦੀ ਸਾਰੇ ਮੇਰੇ ਨਾਲ ਰਲ ਜਾਣ ਇਕੱਠੇ ਹੋ ਰਹੇ ਆ ਹਾਲੇਲੂਇਆ ਆਮੀਨ ਸੰਸਾਰ ਨੂੰ ਆਪਸ ਵਿੱਚ ਮਿਲਾ ਰਹੇ ਹਨ ਲੋਕਾਂ ਨੂੰ ਆਪਸ ਵਿੱਚ ਮਿਲਾ ਰਹੇ ਹਨ ਸਭ ਕ੍ਰਿਸ਼ੀਆਂ ਇਕੱਠੀਆਂ ਇਹ ਸਭ ਚੀਜ਼ਾਂ ਅਤੇ ਜਦ ਇਹ ਸਭ ਚੀਜ਼ਾਂ ਦਾ ਏਕੀਕਰਨ ਹੋ ਰਿਹਾ ਹੈ ਤਾਂ ਇੱਥੇ ਇੱਕ ਹੋਰ ਵੀ ਏਕੀਕਰਨ ਹੈ ਆਮੀਨ ਉਹਨਾਂ ਨੇ ਕਿਹਾ ਇਹੀ ਉਹ ਗੱਲ ਹੈ ਜਿਸ ਵੱਲ ਮੈਂ ਤੁਹਾਨੂੰ ਇਸ਼ਾਰਾ ਕਰਨਾ ਚਾਹੁੰਦਾ ਹਾਂ ਇੱਕ ਹੋਰ ਵੀ ਏਕੀਕਰਨ ਹਾਲੇਲੂਇਆ ਪ੍ਰੇਜ਼ ਦਾ ਲਾਰਡ ਉਹਦੇ ਨਾਲ ਮਹਿਮਾ ਮਿਲੇ ਆਮੀਨ ਰੋਮ ਰੋਮ ਦੀ ਇਹ ਸ਼ਿਕਾਇਤ ਸੀ ਯਿਸੂ ਤੋੜ ਰਿਹਾ ਹੈ ਫਰੀਸੀਆਂ ਦੀ ਇਹ ਸ਼ਿਕਾਇਤ ਸੀ ਯਿਸੂ ਤੋੜ ਰਿਹਾ ਹੈ ਸਦੂਕਿਆਂ ਦੀ ਇਹ ਸ਼ਿਕਾਇਤ ਸੀ ਯਿਸੂ ਤੋੜ ਰਿਹਾ ਹੈ ਹਾਲੇਲੂਇਆ ਯਾਚਕਾਂ ਦੀ ਇਹ ਸ਼ਿਕਾਇਤ ਸੀ ਇਹ ਤਾਂ ਤੋੜਨਾ ਆ ਅੱਧੇ ਕੰਮ ਨਹੀਂ ਕਰਦਾ ਜੇ ਉਹਨੇ ਤੋੜੇ ਤੇ ਉਹਨੇ ਕਿਤੇ ਜੋੜੇ ਵੀ ਜਿਹੜਾ ਕਹਿੰਦਾ ਯਾਰ ਮੈਂ ਤੈਨੂੰ ਮਨੁੱਖਾਂ ਦਾ ਸ਼ਿਕਾਰੀ ਬਣਾਵਾਂਗਾ ਇਹ ਜੋੜ ਰਿਹਾ ਸੀਗਾ ਜਦੋਂ ਨੇ ਕਿਹਾ ਇੱਕ ਦਿਨ ਹੋਏਗਾ ਹਾਲੇਲੂਇਆ ਉਹ ਮੈਂ ਤੁਹਾਡੇ ਵਿੱਚ ਤੁਸੀਂ ਮੇਰੇ ਵਿੱਚ ਉਹ ਇੱਕ ਵੀ ਕਰ ਰਿਹਾ ਸੀ ਕੱਲਾ ਤੋੜ ਹੀ ਨਹੀਂ ਲਿਆ ਸੀ ਕਿੰਨਾ ਨਹੀਂ ਕਹਿ ਸਕਦੇ ਆ ਹਾਲੇਲੂਇਆ ਤੱਕ ਜਦੋਂ ਨੇ ਇਹ ਕਿਹਾ ਤਦ ਤੱਕ ਉਡੀਕ ਕਰੋ ਜਦ ਤੱਕ ਗਿਆ ਨਹੀਂ ਜਾਂਦਾ ਇਹ ਜੋੜਨਾ ਵੀ ਤੇ ਸੀ ਕਿੰਨਾ ਨਹੀਂ ਕਹਿ ਸਕਦੇ ਆ ਹਾਲੇਲੂਇਆ ਪ੍ਰਭੂ ਦੀ ਵਡਿਆਈ ਹੋਵੇ ਆਮੀਨ ਅੱਜ ਵੀ ਇੱਦਾਂ ਹੀ ਆ ਪਾਲਰ ਵਾਲੇ ਕਹਿ ਰਹੇ ਇਹਨਾਂ ਨੇ ਸਾਡੇ ਮੈਂਬਰ ਤੋੜਤੇ ਸੰਸਥਾ ਵਾਲੇ ਕਹਿ ਰਹੇ ਇਹ ਤੋੜਦੇ ਆ ਰੋਮਨ ਕੈਥੋਲਿਕ ਕਹਿ ਰਹੇ ਇਹ ਤੋੜ ਰਹੇ ਆ ਹਾਲੇਲੂਇਆ ਪਰ ਕਿਤੇ ਜੁੜਨਾ ਵੀ ਤੇ ਹੋ ਰਿਹਾ ਹਾਂ ਜੁੜ ਰਹੇ ਆ ਪਰ ਕਿਤੇ ਜੋੜ ਵੀ ਰਹੇ ਆ ਸਾਡੇ ਗੁਰਬਾਣੀ ਨੇ ਕਿਹਾ ਹਾਲੇਲੂਇਆ ਪਰਮੇਸ਼ਵਰ ਆਪਣੀ ਲਾੜੀ ਦਾ ਏਕੀਕਰਨ ਕਰ ਰਿਹਾ ਹੈ ਉਹ ਪੂਰਬ ਪੱਛਮ ਉੱਤਰ ਤੇ ਦੱਖਣ ਤੋਂ ਆ ਕੇ ਆਪਸ ਵਿੱਚ ਮਿਲ ਰਹੀ ਹੈ ਇਹ ਏਕੀਕਰਨ ਦਾ ਸਮਾਂ ਹੈ ਅਤੇ ਇਹ ਹੁਣ ਹੈ ਕਦੋਂ ਕਿਹਦਾ ਪਰਮੇਸ਼ਵਰ ਦਾ ਲਾੜੀ ਦਾ ਏਕੀਕਰਨ ਦਾ ਸਮੇਂ ਹੁਣ ਹੈ ਉਹ ਕਦ ਲਈ ਏਕਾ ਕਰ ਰਹੀ ਹੈ ਰੈਪਚਰ ਅਰਥਾਤ ਸਵਰਗ ਉਠਾਏ ਜਾਣ ਦੇ ਲਈ ਪਰਮੇਸ਼ਵਰ ਨੂੰ ਤਿਆਰ ਕਰ ਰਿਹਾ ਹੈ ਹਾਂ ਸ਼੍ਰੀਮਾਨ ਏਕੀਕਰਨ ਉਹ ਕਿਸ ਦੇ ਨਾਲ ਏਕੀਕਰਨ ਕਰ ਰਹੀ ਹੈ ਵਚਨ ਦੇ ਨਾਲ ਕਿਉਂਕਿ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਤੇ ਵਚਨ ਕਦੇ ਨਾ ਟਲਣਗੇ ਉਹ ਆਪਣੇ ਆਪ ਨੂੰ ਯਹੋਵਾ ਇਸ ਸਰਮੰਦਰ ਨਾਲ ਏਕ ਕਰ ਰਹੀ ਹੈ ਇਸ ਦੀ ਪ੍ਰਵਾਹ ਕੀਤੇ ਬਿਨਾਂ ਕਿ ਕੋਈ ਫਿਰਕਾ ਪ੍ਰਸਤ ਕ੍ਰਿਸ਼ੀਆ ਜਾਂ ਕੋਈ ਹੋਰ ਕੀ ਕਰ ਰਿਹਾ ਹੈ ਉਹ ਆਪਣੇ ਆਪ ਦਾ ਏਕੀਕਰਨ ਕਰ ਰਹੀ ਹੈ ਉਹ ਤਿਆਰ ਹੋ ਰਹੀ ਹੈ ਕਿਉਂ ਕਿਉਂਕਿ ਉਹ ਲਾੜੀ ਹੈ ਤੇ ਠੀਕ ਹੈ ਅਤੇ ਆਪਣੇ ਲਾੜੀ ਨਾਲ ਏਕ ਕਰ ਰਹੀ ਹੈ ਸਮਝੇ ਅਤੇ ਲਾੜਾ ਵਚਨ ਹੈ ਕ੍ਰਿਸ਼ੀਆ ਤੇ ਲਾੜੀ ਅਤੇ ਵਚਨ ਇੰਨੇ ਇੱਕ ਹੋ ਰਹੇ ਹਨ ਕਿ ਉਹੀ ਵਚਨ ਆਪ ਹੀ ਲਾੜੇ ਦਾ ਕੰਮ ਕਰ ਰਿਹਾ ਹੈ ਆਮੀਨ ਤੁਸੀਂ ਇਹਨੂੰ ਦੇਖਦੇ ਹੋ ਇੱਕ ਏਕੀਕਰਨ ਹੋਰ ਜ਼ਿਆਦਾ ਕ੍ਰਿਸ਼ੀਆ ਨਾਲ ਜੁੜਨਾ ਨਹੀਂ ਹੋਰ ਜ਼ਿਆਦਾ ਇਹ ਪਰ ਹਰੇਕ ਚੀਜ਼ ਤੋਂ ਭੱਜਣਾ ਅਤੇ ਯਿਸੂ ਮਸੀਹ ਨਾਲ ਜੁੜਨਾ ਹੈ ਸਮਝੇ ਇਹ ਏਕੀਕਰਨ ਦਾ ਸਮੇਂ ਹੈ ਪਰਮੇਸ਼ਵਰ ਆਪਣੀ ਲਾੜੀ ਦਾ ਏਕੀਕਰਨ ਕਰ ਰਿਹਾ ਹੈ ਉਸ ਨੂੰ ਵਾਪਸ ਲੈ ਕੇ ਆ ਰਿਹਾ ਬਿਲਕੁਲ ਇਸੇ ਤਰ੍ਹਾਂ ਆਪਣੇ ਵਾਅਦਿਆਂ ਦੇ ਵਚਨ ਦਾ ਏਕੀਕਰਨ ਕਰ ਰਿਹਾ ਹੈ ਏਕੀਕਰਨ ਕਰ ਰਿਹਾ ਹੈ ਹੁਣ ਲਾੜਾ ਲਾੜੀ ਇੱਕ ਹੋ ਰਹੇ ਹੈ ਫਿਰ ਉਹਨੇ ਕਿਹਾ ਦੂਸਰਾ ਕਸਮ ਨੂੰ ਕਿਹਾ ਦੂਜਾ ਰਿਹਾ ਇਹ ਕਹਿੰਦਾ ਹੈ ਇਸ ਦਾ ਪੰਜਵਾਂ ਰਿਹਾ ਇਹ ਕਹਿੰਦਾ ਹੈ ਉਹ ਸੰਤ ਜਿਹੜੇ ਧਰਤੀ ਦੀ ਧੂੜ ਵਿੱਚ ਸੁੱਤੇ ਪਏ ਹਨ ਜਾਗ ਜਾਣਗੇ ਅਤੇ ਫਿਰ ਅਸੀਂ ਉਹਨਾਂ ਨਾਲ ਏਕਾ ਕਰਾਂਗੇ ਕਿਉਂਕਿ ਲੋਕ ਉਹਨਾਂ ਨਾਲ ਏਕਾ ਕਰਨਗੇ ਜਿਹੜੇ ਮਰੇ ਹੋਏ ਹਨ ਪਤਾ ਹੀ ਏਕਾ ਕਰਾਂਗੇ
ਉੱਪਰ ਜਾਣ ਤੋਂ ਪਹਿਲਾਂ ਅਸੀਂ ਏਕਾ ਕਰਾਂਗੇ ਬਬਰਾਨ ਕਹਿ ਰਿਹਾ, ਕਿਉਂਕਿ ਲਾੜੀ ਜਦ ਉੱਥੇ ਪਹੁੰਚੇਗੀ ਤਾਂ ਉਹ ਸੰਪੂਰਨ ਹੋਵੇਗੀ। ਉਹ ਜਿਹੜੇ ਜਿਉਂਦੇ ਹਨ, ਜਿਹੜੇ ਆਪਣੇ ਆਪ ਨੂੰ ਵਚਨ ਨਾਲ ਇਹ ਕਰ ਰਹੇ ਹਨ, ਅਤੇ ਉਹ ਜਿਹੜੇ ਪਹਿਲਾਂ ਹੀ ਇਹ ਕਰਕੇ ਜਾ ਚੁੱਕੇ ਹਨ, ਅਤੇ ਉਹ ਸਾਰੇ ਇਕੱਠੇ ਹੋ ਕੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਇੱਕ ਗੱਲ ਦੀ ਇੱਕ ਮਹਾਨ ਇਕਾਈ ਬਣਾਉਂਦੇ ਹਨ। ਸਾਮਵਾਲ ਨੂੰ ਉੱਠਣਾ ਹੀ ਹੈ, ਇਹਨਾਂ ਦੂਸਰੀਆਂ ਗੱਲਾਂ ਨੂੰ ਤਾਂ ਉੱਠਣਾ ਹੀ ਹੈ, ਅਤੇ ਕਲੀਸਿਆ ਨੂੰ ਆਪਣਾ ਇਕੱਠ ਕਰਨਾ ਹੀ ਹੈ। ਜਦੋਂ ਉਹ ਰਾਸ਼ਟਰ WCC ਇੱਕ ਹੋ ਰਹੇ ਹਨ, ਤਾਂ ਲਾੜੀ ਨੇ ਆਪਣੇ ਆਪ ਦਾ ਪਰਮੇਸ਼ਵਰ ਦੇ ਵਚਨ ਦੇ ਟੇਕਾ ਕਰਨਾ ਹੀ ਹੈ। ਹੁਣ ਪਤਾ WCC ਇੱਕ ਹੋ ਰਿਹਾ ਹੈ, ਫਿਰ ਉਹਨਾਂ ਨੂੰ ਕਿਹਾ ਲਾੜੀ ਨੇ ਲਾੜੇ ਨਾਲ ਇੱਕ ਹੋਣਾ ਹੈ। ਕੀ ਹੋ ਰਹੀ ਹੈ? ਕੀ ਵਾਰੀ ਚ ਹੈ? ਕਿਤੇ ਵਚਨ ਨੂੰ ਪਿਆਰ ਕਰਦੇ ਹੋ? ਕਿਹੜੇ ਨੇ ਅੱਗੇ ਕਾਲੀ ਕਰਨਾ ਪਿਆਰ ਕਰਦੇ ਹੋ? ਹਾਲੇਲੂਇਆ, ਕਿਤੇ ਕੀ ਕਰਨ ਚਾਹ ਰਹੇ ਹੋ? ਅਤੇ ਅਸੀਂ ਵੇਖ ਰਹੇ ਹਾਂ ਕਿ ਪਰਮੇਸ਼ਵਰ ਆਪਣੇ ਆਪ ਨੂੰ ਆਪਣੀ ਲਾੜੀ ਨਾਲ ਇੱਕ ਕਰ ਰਿਹਾ ਹੈ, ਜਦ ਤੱਕ ਉਹ ਅਤੇ ਉਹਦੀ ਕਲੀਸਿਆ ਇੱਕੋ ਚੀਜ਼ ਨਹੀਂ ਬਣ ਜਾਂਦੇ। ਇਹ ਆਵਾਜ਼ ਇਹ ਕਿੱਥੇ ਘੁੰਮ ਰਹੇ? ਸਿਰਫ ਕੱਪੜੇ ਲੈ ਕੇ ਐਸਰ ਵਾਂਗੂ? ਵਾਅਦੇ ਤੇ ਇਹ ਹੈ, ਉਹਨੇ ਕਿਹਾ ਲਾੜੀ ਤੇ ਲਾੜਾ ਇੱਕ ਹੋ ਜਾਣਗੇ, ਪ੍ਰਭੂ ਦੀ ਵਡਿਆਈ ਹੋਵੇ। ਹੁਣ ਸਾਨੂੰ ਪਤਾ ਗੁਰੂ ਨਾਨਕ ਨੇ ਕਿਹਾ ਇਹ ਸ਼ਾਦੀ ਦਾ ਟਾਈਮ ਹੈ, ਜਦੋਂ ਲਾੜਾ ਤੇ ਲਾੜੀ ਮਿਲਦੇ ਆ। ਆਮੇ ਉਹਨੇ ਕਿਹਾ ਅਸੀਂ ਆਲਰੇਡੀ ਯੂਨਾਈਟਿਡ ਹਾਂ, ਅਸੀਂ ਵਿਆਹ ਦੇ ਭੋਜ ਚ ਜਾ ਰਹੇ ਹਾਂ, ਸ਼ਾਦੀ ਚ ਨਹੀਂ, ਸ਼ਾਦੀ ਇੱਥੇ ਹੀ ਹੈ, ਜੁੜਨਾ ਇੱਥੇ ਹੀ ਹੈ। ਮੈਚਰ ਤੋਂ ਬਾਅਦ ਕਈ ਵਿਆਹ ਦੇ ਭੋਜ ਚ ਜਾਣਦੇ ਆ, ਉੱਥੇ ਵਿਆਹ ਨਹੀਂ ਹੋਣਾ, ਵਿਆਹ ਤੇ ਹੁਣ ਹੋ ਰਿਹਾ ਹੈ, ਜਦੋਂ ਪਤੀ ਔਰ ਪਤਨੀ ਮਿਲ ਰਹੇ ਸ਼ਾਦੀ ਹੈ। ਉਹ ਤੇ ਨਹੀਂ ਉਮੀਦ ਲਈ ਹੈ ਕਿ ਰੈਪਚਰ ਦੇ ਲਾਗੇ ਚੀਜ਼ ਤੋਂ ਆ ਜਾਏਗਾ ਨਾ, ਉਦੋਂ ਥੋੜਾ ਮੈਂ ਸੁਰਤ ਜਾਵਾਂਗਾ। ਹਾਲੇਲੂਇਆ, ਕਿੰਨੇ ਜਾਣੇ ਆ ਜਿਹੜੇ ਵਚਨ ਨਾਲ ਇੱਕ ਹੋ ਰਹੇ ਆ? ਪ੍ਰਭੂ ਸਾਡੇ ਹੱਥ ਦੇਖ ਰਿਹਾ ਆ, ਉਹਦੇ ਨਾਲ ਮਹਿਮਾ ਮਿਲੇ। ਆਮੇਨ। ਇੱਕ ਹੋਰ ਵਾਦਾ ਅਬਰਾਹਮ ਨੇ ਕਿਹਾ, ਬਿਦਾਰੀ ਦਾ ਟਾਈਮ ਆ। ਮੈਂ ਕੁਛ ਹਵਾਲੇ ਪੜ੍ਹ ਲੈਣਾ, ਸਿਰਫ ਖਾਤ ਨਹੀਂ ਕਿਹਾ, ਹਾਲੇਲੂਇਆ, ਮੈਂ ਖਾਤ ਨਹੀਂ ਕਿਹਾ, ਮਤਲਬ ਮੇਰਾ ਸੰਦੇਸ਼ ਹੈ, ਪ੍ਰਭੂ ਦੀ ਵਿਦਾਈ ਹੋਵੇ। ਮਨੁੱਖ ਦੇ ਪੁੱਤਰ ਦਾ ਵਾਅਦਾ ਸੀਗਾ, ਏਕੀ ਕਰਨ ਦਾ ਵਾਅਦਾ ਸੀ, ਬਹਾਲੀ ਦਾ ਵਾਅਦਾ ਸੀ, ਇੱਕ ਬੇਦਾਰੀ ਦਾ ਵਾਅਦਾ ਆ। ਕੁਛ ਹਵਾਲੇ ਪੜ੍ਹਨ ਲੱਗੇ ਸੁਣਿਓ ਸਭ। ਅਬਰਾਹਮ ਨੇ ਕਿਹਾ, A revival, to my opinion, does not consist of them bringing in new members. Abraham ne kya mere vichar? Mere vichar anusar bedari hor kalisiya de member ikatthe ho jana nahi hai. Hallelujah. Amen. Amen. Bedari da vaada hai. Unhone kya bedari mere sab nahi hai ki log nave jud jaan. Ye bedari nahi hai. Amen. Kyunki ye ਖਾਂਬੜੇ ਦੀ ਬਿਦਾਰੀ ਨਹੀਂ ਹੈ, ਇਹ ਪਰਮੇਸ਼ਵਰ ਦੀ ਬਿਦਾਰੀ ਹੈ। ਇਹ ਬਿਦਾਰੀ ਇਹਨੂੰ ਸਮਝ ਜਿੰਨੇ ਲੋਕ ਆ ਗਏ, ਤੇਰਾ ਮੋਟਰ ਰਿਵਾਈਵਲ ਆਈ ਹੋਈ ਹੈ। ਭਗਵਾਨ ਨੂੰ ਕਿਹਾ, ਪਰ ਮੇਰਾ ਇੱਦਾਂ ਦਾ ਕੋਈ ਮਕਸਦ ਨਹੀਂ ਹੈਗਾ। A revival does not consist of a bunch of conversions. ਬਿਦਾਰੀ ਇਸ ਨਾਲ ਨਹੀਂ ਹੁੰਦੀ ਕਿ ਕੁਝ ਲੋਕ ਤਬਦੀਲ ਹੋ ਕੇ ਜੁੜ ਗਏ ਨਾਲ। Although those things go along with a revival, ਭਾਵੇਂ ਕਿ ਇਹ ਚੀਜ਼ਾਂ ਬਿਦਾਰੀ ਦੇ ਨਾਲ ਚੱਲਦੀਆਂ ਹਨ, but a revival is to revive what you have already got. ਪਰ ਬਿਦਾਰੀ ਤੋਂ ਹੁੰਦੀ ਜੋ ਤੁਹਾਡੇ ਕੋਲ ਪਹਿਲਾਂ ਹੀ ਹੈ, ਉਹ ਜਾਗ ਉੱਠਿਆ ਹੈ, ਬਿਦਾਰ ਹੋ ਗਿਆ। Amen. Just to get them revived. ਔਰ ਇਹ ਜੋ ਕੋਲਿਆ ਤੁਹਾਡੇ, ਇਹ ਤੁਹਾਡੇ ਵਿੱਚ ਕੰਮ ਕਰਨ ਲੱਗ ਪਿਆ। Amen. Let the word of God have preeminence. ਪਰਮੇਸ਼ਵਰ ਦੇ ਵਚਨ ਦਾ ਹੀ ਤੁਹਾਡੇ ਅੰਦਰ ਪਹਿਲਾ ਸਥਾਨ ਹੋਵੇ। That's what we need, a revival. ਇਹ ਹੀ ਸਾਨੂੰ ਬੇਦਾਰੀ ਲਈ ਚਾਹੀਦਾ, ਇਸੇ ਲਈ ਬੇਦਾਰੀ ਸਾਨੂੰ ਚਾਹੀਦੀ ਹੈ। ਪਰਮੇਸ਼ਵਰ ਦੇ ਵਚਨ ਨਾਲ ਨਿਕਲ ਜਾ ਸਾਡੇ ਜੀਵਨ ਚ ਪਹਿਲਾ ਸਥਾਨ ਹੈ, ਉਹੀ ਬੇਦਾਰੀ ਹੈ, ਇਹ ਬੇਦਾਰੀ ਹੈ। ਆਮੀਨ। ਕਿਤੇ ਭਾਈ ਹੱਥ ਉਠਾ ਕੇ ਐਸਾ ਦੱਸੋ ਆਪਣੀ ਕਲੀਸਿਆ ਨੂੰ, ਇਹੀ ਬੇਦਾਰੀ ਹੈ ਜਦੋਂ ਸਾਡੇ ਜੀਵਨ ਚ ਵਚਨ ਦਾ ਪਹਿਲਾ ਸਥਾਨ ਹੈ, ਉਹੀ ਬੇਦਾਰੀ ਹੈ। And wash all the unbelief out. ਔਰ ਸਾਰੀ ਬੇਪ੍ਰਤੀਤੀ ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ। And all the bugs and superstitions. ਔਰ ਸਾਰੇ ਵਹਿਮ ਭਰਮ ਨਿਕਲ ਜਾਂਦੇ ਹਨ। Come out and see that God is still God. ਔਰ ਉਹ ਬਾਹਰ ਆ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਵਰ ਅੱਜ ਵੀ ਪਰਮੇਸ਼ਵਰ ਹੈ। Hallelujah.
That's what we have revivals for. और यही तो साडे लिए बेदारी है. Hallelujah. एक और ऐसे. We have got to keep in revival. आई बेदारी चलेना है. Constantly revived. और लगातार बेदारी चलेना है. Every day. रोज रोजाना. Paul said he had to die daily. पौलुस कहता है उन्हें रोजाना मरना पड़ता है. That Christ could live. ताकि मसीह जी सके. And we must never let that revival die. और इस बेदारी में से कभी मर नहीं लेना है. Because अपने अंदरों मेरा मतलब रोज बच्चन सर्वश्रेष्ठ काम देना एडो प्रभु ये सुनना सुन लग सकता है वही जो उसने प्रचार किया एक मिठा लग सकता पर मैंने पता मैं किस उद्देश्य ना बोलने मैं अपने किसे भी प्रभाव से गया इन दिन आज उस पहलों के दुआ की दिन आज बैठ गए उन्हें क्या प्रभु यही प्रार्थना करते हैं कि साडा भाई जल प्रचार करे सिर्फ तालियां ही ना बजन जबकि लोग अपने जीवन तुम ले गए और मुझे खुशी हुई है सुन सिर्फ ताली ना मारन बल्कि वो प्राण बचिया हालेलुया मिले और प्रणाम ने क्या एक संदेश है दो शरोपन प्रणाम लास्ट प्रार्थना की तो ने क्या प्रभु मैं प्रार्थना करता हूँ कि आप इन सभी का उद्धार करेंगे होने दे कि सभी भले लोगों को बिदारी मिले इसके लिए हम उठाए जाने से पहले आपकी महान सामर्थ प्रकट हो इसकी विनती करना मुश्किल नहीं है कि नूनू इस गल की दुआ करनी ओखी ही प्रभु बारिश उड़ेल दे क्योंकि उन्होंने वादा ही उन्हें दुआ करनी कोई ओखी नहीं अब्राहम ने भी दुआ करनी ओखी प्रभु पुत्र ने क्योंकि वादा सी गा इस अब्राहम ने कह दी मेरा प्रार्थना करना औखा काम नहीं है क्योंकि जब वादा है प्रॉमिस और प्रभु हम तीसरे किताब की पाठ जो रहे हैं इसके विषय में हम जानता है कि वह हमारे बीच में बड़े बड़े काम करेगा हालेलुया आमीन प्रभु की विड़ाई होवे हालेलुया आमीन प्रभु का आशीर्वाद होवे वादा है उस महिमा च प्रभु को उसका वादा है मैं पढ़ांगा नहीं जब बाबा ने क्या कि जो यूसुफ अपने भावों से प्रकट होया वो दी लाड़ी जी ने पाई जाती है चली उन्हें तो मैच जा चुकी थी और जान दे कि यूसुफ अपने भावों से प्रकट होने वाला है मेरा मतलब वादा ये है कई ब्याह दे पूछ जान वाले हैं हालेलुया खुद नाल महिमा मिले किन्ने खुश हो जाना चाहते हैं किसी समय के वादे को फड़ रहे हो हालेलुया जानते यूसुफ अपनी लाड़ी को छड़ जा रहा उत्थे महल दे ताकि अपने आप अपने भावों से प्रकट कर देवे हालेलुया शीरा दे बदल जान दा वाला है शीरा दे बदल जान दा वाला इन्हां दिनां विच क्योंकि वो क्यों उतरिया सी ना एक वादे नाल एक बड़ी बरकत नाल और बरकत ऐसी शरीर बदल गए ऐसी सेम होन चीज है तो आलम बढ़िया तोकियां सोखियां या दो उदाहरण लग के दसिया शरीर वाला बदल जाना उन्हें क्या कि एक 90 साल की बुजुर्ग मां बच्चे जन्म लिया पीड़ा नु नहीं चल सकती हालेलुया एक 90 साल की बुजुर्ग दादी बच्चे जन्म लिया पीड़ा नु कितना चल सकती है एक ओना सुखिया होकर ना सच जीवन के तब वापस आ सकता है इसलिए परमेश्वर ने शरीर बदलिया एक राजा होके एक दादी मां के दुल्हे का कहना ना मैं क्या एक राजा एक दादी मां को कहेगा कि बेटा मेरा ब्याह कराना चाहता मैं तेरे ना तो ते कुछ होया सी परमेश्वर ने शरीर को बदल देता सी ना और ये सारी दिन की वादा है अपनी खलड़ी ते पई होई है चुड़ियां देखो पर उनको छेती मिट जान वाली है हालेलुया कोई चेंज का टाइम है कि नहीं श्वास कर दे शीर बदल नहीं जा रहे और ये फिर तो जवान हो आगे और चिट्टे वाल फिर तो काले हो जाएंगे और गिरे हुए दाम फिर तो वापस आ रहे हैं ये अपनी मूल जवानी जवाने इस समय देखो मैं बता हूँ शैतान की परमेश्वर ने दाम दी मैं तो करता है और लोग भी पता शीर ना बदल जाना होना है वो अपने शीर बदल चल गया उन्होंने जेंडर चेंज करी जाता है शैतान ने बॉडी चेंज किया लेकिन एक ओरिजिनल बॉडी चेंज आ रहा है ओरिजिनल बॉडी चेंज
ਉਹ ਮਹਿਮਾ ਹੋਵੇ, ਅਸੀਂ ਖਾ ਵੀ ਸਕਾਂਗੇ ਔਰ ਕੰਧ ਦੇ ਪਾਰ ਵੀ ਜਾ ਸਕਾਂਗੇ। ਪਰਮੇਸ਼ਰ ਸ਼ੀਰ ਬਦਲ ਦੇਵੇਗਾ। ਇਹ ਵੀ ਇਹ ਨਕਲੀ ਭਗਤੀ ਨਹੀਂ ਹੈ, ਇਹ ਅਭੀ ਤੁਹਾਨੂੰ ਆ ਰਹੀ ਨਹੀਂ ਆਇਆ, ਇਹ ਅਭੀ ਜੋੜਿਆ ਨਹੀਂ ਗਿਆ। ਅਗਰ ਤੁਸੀਂ ਵਾਰੇ ਨੂੰ ਫਾਲੋ ਤੁਸੀਂ ਜਾਣੋਗੇ ਕਿ ਕਿੰਨੀ ਵੱਡੀ ਮੁਕਤੀ ਦੇ ਮਾਰਗ ਨੂੰ ਉੱਤੇ ਚੱਲ ਰਹੇ ਹੋ। ਓ ਹਾਲੇਲੂਇਆ ਹਾਲੇਲੂਇਆ। ਫਿਰ ਮੈਂ ਬਾਈਬਲ ਕਹਿੰਦੀ ਹੈ ਜਿਹੜਾ ਜਿੱਤੇਗਾ ਉਹਨੂੰ ਆਪਣੇ ਨਾਲ ਆਪਣੀ ਸਿੰਘਾਸਨ ਉੱਤੇ ਬਿਠਾਵਾਂਗਾ। ਹਾਲੇਲੂਇਆ, ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ। ਹਾਲੇਲੂਇਆ, ਜਿਹੜਾ ਜਿੱਤੇਗਾ ਉਹਨੂੰ ਆਪਣੇ ਨਾਲ ਆਪਣੇ ਸਿੰਘਾਸਨ ਉੱਤੇ ਬਿਠਾਵਾਂਗਾ। ਹਾਲੇਲੂਇਆ, ਆਮੀਨ। ਪ੍ਰਭੂ ਦੀ ਬੜਿਆਈ ਹੋਵੇ। ਧੰਨਵਾਦ। ਮੈਂ ਇੱਕ ਪਹਿਰਾ ਪੜ ਲੱਗਾ। ਉਹਨਾਂ ਨੇ ਪ੍ਰਾਰਥਨਾ ਕੀਤੀ ਹੈ, ਪਲੂਸ ਮਸੀਹ ਦਾ ਕੈਦੀ ਸੰਦੇਸ਼। ਇਹਨਾਂ ਨੇ ਜਾਣਦੇ ਇੱਕ ਸਿੰਘਾਸਨ ਮਿਲਣ ਵਾਲਾ ਸਨ। ਮੋਦੀ ਦੀ ਸੀਟ ਨਹੀਂ ਮਿਲਣੀ, ਉਹ ਚਾਹੀਦੀ ਵੀ ਨਹੀਂ। ਕਿਸੇ MLA MC ਸਰਪੰਚ ਇੱਦਾਂ ਦਾ ਕੁਛ ਨਹੀਂ ਮੰਨਣਾ। ਜੇ ਤੇਰਾ ਵਿਚਾਰ ਆਏ ਕਦੀ ਰਾਜਨੀਤੀ ਪਰਮੇਸ਼ਵਰ ਇਕੱਠੇ ਨਹੀਂ ਚੱਲ ਸਕਦੇ। ਸਮਝ ਲੱਗੀ? ਕੋਈ ਪ੍ਰਧਾਨ ਨਹੀਂ ਮੰਨਣਾ। ਅਸੀਂ ਉੱਥੇ ਆਪਣੇ ਪਿਤਾ ਦੇ ਸਿੰਘਾਸਨ ਉੱਤੇ ਬੈਠਣਾ ਹੈ। ਉਹਨੇ ਕਿਹਾ ਪ੍ਰਭੂ ਹੋਣੇ ਪਾਏ, ਧਿਆਨ ਨਾਲ ਸੁਣੇ, ਮੈਂ ਖਤਮ ਕਰ ਰਿਹਾ ਕੁਛ ਮਿੰਟ। ਪ੍ਰਭੂ ਹੋਣੇ ਪਾਏ ਕਿ ਹਮਾਰੇ ਜੀਵਨ ਆਪਕੋ ਇਤਨੇ ਜ਼ਿਆਦਾ ਸਮਰਪਿਤ ਹੋ। ਦੀਦੀ ਇਸ ਪ੍ਰਾਰਥਨਾ ਨੂੰ ਸੁਣ ਸਕਦੀ ਹੈ? ਦੁਆ ਹੈ ਸਾਡੀ ਲੰਬੀ ਦੀ। ਤੁਹਾਨੂੰ ਪਤਾ ਦੁਆ ਚ ਬੰਦਾ ਬਹੁਤ ਸੱਚੇ ਦਿਲ ਦਾ ਹੁੰਦਾ ਹੈ। ਵੈਸੇ ਵੀ ਸੱਚਾ ਸੀਗਾ, ਪਰ ਪ੍ਰਾਰਥਨਾ ਪਤਾ ਬੰਦਾ ਉਹ ਕਰਦਾ ਹੈ ਜੋ ਚਾਹੁੰਦਾ ਹੁੰਦਾ ਹੈ। ਮੈਂ ਕਿਹਾ ਪ੍ਰਭੂ ਹੋਣੇ ਪਾਏ ਕਿ ਹਮਾਰੇ ਜੀਵਨ ਆਪਕੋ ਇਤਨੇ ਜ਼ਿਆਦਾ ਸਮਰਪਿਤ ਹੋ ਕਿ ਖੁਦ ਪਵਿੱਤਰ ਆਤਮਾ ਹੀ ਹਮਾਰੇ ਸੇ ਹੋਕਰ ਜੀ ਰਹਾ ਹੈ ਔਰ ਹਮਾਰੇ ਸੇ ਹੋਕਰ ਬਾਤੇ ਕਰ ਰਹਾ ਹੈ। ਪ੍ਰਭੂ ਯੇ ਹੋਣੇ ਪਾਏ ਕਿ ਜਬ ਹਮ ਸੜਕੋ ਪਰ ਚਲਤੇ ਹੈ ਔਰ ਹਮਾਰੀ ਬਾਹੇ ਜਗਤ ਸੇ ਰਗੜ ਜਾਤੀ ਹੈ ਤੋ ਹਮ ਆਪਣੇ ਦਿਮਾਗ ਮੇ ਯੇ ਯਾਦ ਰੱਖੇ ਕਿ ਹਮੇ ਉਨਕੇ ਜੈਸਾ ਨਹੀਂ ਹੋਣਾ ਚਾਹੀਏ ਔਰ ਹਮ ਅਲਗ ਹਟ ਜਾਏ ਔਰ ਉਹਨੇ ਜਗ੍ਹਾ ਦੇ ਦੇ ਔਰ ਯਹਾਂ ਪ੍ਰਿਥਵੀ ਪਰ ਉਨਕਾ ਯਥੋਚਿਤ ਸਥਾਨ ਦੇ ਡਾਲੇ। ਪ੍ਰਭੂ ਹਮ ਤੋ ਪਿਛਲੀ ਸੀਟ ਪਰ ਹੀ ਜਗ੍ਹਾ ਪਾਏ ਜੈਸਾ ਕਿ ਹਮ ਜਾਣਤੇ ਹੈ ਕਿ ਹਮ ਕਿਸੀ ਔਰ ਜਗਤ ਕੇ ਪ੍ਰਤੀਨਿਧੀ ਹੈ। ਹਮਾਰੇ ਪਾਸ ਇੱਕ ਰਾਜ੍ਯ ਹੈ ਜੋ ਸਾਮਰਤ ਮੇ ਆ ਰਹਾ ਹੈ ਔਰ ਹਮਾਰਾ ਮਹਾਨ ਰਾਜਾ ਜਲਦੀ ਆਨੇ ਵਾਲਾ ਹੈ ਔਰ ਮੈਂ ਉਨ ਸਭ ਰਾਜਾਓ ਕੋ ਆਪਣੇ ਅਧਿਕਾਰ ਮੇ ਲੈ ਲੇਗਾ ਜੋ ਉਸਕੇ ਅਧਿਕਾਰ ਖੇਤਰ ਮੇ ਹੈ ਔਰ ਹਮ ਉਸਕੇ ਸਾਥ ਯਹਾਂ ਪ੍ਰਿਥਵੀ ਪਰ 1000 ਸਾਲ ਕੇ ਲਈ ਰਾਜ ਔਰ ਹਕੂਮਤ ਕਰੇਂਗੇ ਔਰ ਉਸਕੇ ਸਾਥ ਯੁਗਾਂ ਮੇ ਯੁਗ ਰਹੇਂਗੇ। ਕਿਰਿਆ ਵੀ ਕਹਿ ਸਕਦੇ ਹਾਂ ਆਪਣੇ ਵਾਅਦੇ ਨੂੰ ਚੇਤੇ ਕਰੋ। ਇਸਰਾਇਲ ਦਾ ਵਾਅਦਾ ਸੀ ਤੁਹਾਨੂੰ ਛਡਾਵੇਗਾ, ਬਾਈਬਲ ਦੱਸਦੀ ਜਦ ਤੱਕ ਉਹਨੇ ਦੁਹਾਈ ਨਹੀਂ ਦਿੱਤੀ। ਮਿਸ਼ਨ ਜਦੋਂ ਦੁਹਾਈ ਦਿੱਤੀ ਉਹਨੇ ਕਿਹਾ ਮੈਨੂੰ ਆਪਣਾ ਵਾਅਦਾ ਯਾਦ ਹੈ, ਮੈਨੂੰ ਆਪਣਾ ਵਾਅਦਾ ਯਾਦ, ਮੈਂ ਦੁਹਾਈ ਸੁਣੀ ਆ। ਜਦੋਂ ਵਾਅਦਾ ਹੈ ਫਿਰ ਦੁਹਾਈ ਕਿਉਂ? ਕਿਉਂਕਿ ਤੁਸੀਂ ਵਾਅਦੇ ਦੀ ਕਦਰ ਤੇ ਪਛਾਣੋ। ਅਬਰਾਹਮ ਇਸਹਾਕ ਯਾਕੂਬ ਦਾ ਖੁਦਾ ਆ, ਇਹਦਾ ਮਤਲਬ ਇਹ ਨਹੀਂ ਕਿ ਯਾਕੂਬ ਕੁਛ ਵੀ ਕਰੇ। ਧਿਆਨ ਦਿਓ, ਉਹ ਅਬਰਾਹਮ ਇਸਹਾਕ ਯਾਕੂਬ ਦਾ ਪਰਮੇਸ਼ਰ ਹੈ, ਮਤਲਬ ਇਹ ਨਹੀਂ ਕਿ ਯਾਕੂਬ ਕੁਛ ਵੀ ਕਰੇ। ਅਗਰ ਵਾਅਦੇ ਨੂੰ ਲੈਣਾ ਆ ਤਾਂ ਫਿਰ ਉੱਥੇ ਆਉਣਾ ਹੀ ਪੈਣਾ ਜਿੱਥੇ ਯਾਕੂਬ ਆਇਆ ਸੀ। ਆਓ ਫਿਰ ਦੁਹਾਈ ਦੇਈਏ। ਕਿਨੇ ਆਮੀਨ ਕਹਿ ਸਕਦੇ ਆ? ਤੁਹਾਨੂੰ ਪਤਾ ਹੈ ਕਿ ਮੇਰੇ ਲਈ ਕੋਈ ਵਾਅਦਾ ਆ। ਸਬਰਾਨ ਨੇ ਕਿਹਾ ਇੱਕ ਵਾਰੀ ਇੱਕ ਲੜਕੀ ਸੀਗੀ, ਹਾਲੇਲੂਇਆ, ਜਿਹੜੀ ਆਪਣੀ ਸਹੇਲੀ ਆਪਣੇ ਦੋਸਤਾਂ ਦੇ ਨਾਲ ਦੂਸਰੇ ਸ਼ਹਿਰ ਚ ਪੜ੍ਹਨ ਦੇ ਲਈ ਗਈ। ਉੱਥੇ ਉਹਨੇ ਕਿਹਾ ਕਿ ਆਪਣੇ ਸਾਰੇ ਸਟਾਫ ਦੇ ਵਿੱਚ ਉਹ ਸਭ ਤੋਂ ਸਿੰਪਲ ਸੀਗੀ। ਜਦੋਂ ਸਾਰੀ ਸ਼ਾਮ ਨੂੰ ਮਸਤੀ ਕਰ ਰਹੀ, ਕਿਉਂਕਿ ਮਾਂ ਬਾਪ ਤੋਂ ਓਹਲੇ ਸੀਗੇ, ਘਰ ਪਰਿਵਾਰ ਤੋਂ ਵੱਖਰੇ ਸੀਗੇ, ਕੁਛ ਵੀ ਮਸਤੀ ਕਰਦੇ, ਕਰਦੇ ਮਜ਼ਾਕ ਕਰਦੇ ਸਭ ਕੁਛ, ਲੇਕਿਨ ਉਹ ਸਦਾ ਹੀ ਸਧਾਰਨਤਾ ਚ ਰਹਿੰਦੀ, ਉਹਨਾਂ ਵਰਗੇ ਕੱਪੜੇ ਨਾ ਪਾਉਂਦੀ, ਵਿਵਹਾਰ ਨਾ ਕਰਦੀ, ਆਪਣੇ ਆਪ ਨੂੰ ਵੱਖ ਰੱਖਦੀ। ਉਹ ਰੋਜ਼ ਸ਼ਾਮਾਂ ਨੂੰ ਜਾ ਕੇ ਕਾਲਜ ਦੇ ਪਿੱਛੇ ਪਹਾੜ ਤੇ ਖੜੀ ਹੁੰਦੀ, ਉਹ ਸਮੁੰਦਰ ਦੇ ਦੂਸਰੇ ਪਾਸੇ ਦੇਖਦੀ। ਔਰ ਉੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹ ਰੋਜ਼ ਹੈਰਾਨ ਹੁੰਦਾ ਸੀ, ਭਾਈ ਇਹ ਲੜਕੀ ਕਿਉਂ ਸਾਰੇ ਇਹਦੇ ਨਾਲ ਦੇ ਏਦਾਂ ਕਰਦੇ ਆ, ਪਰ ਇਹ ਸਭ ਤੋਂ ਵੱਖਰੀ ਕਿਉਂ ਰਹਿੰਦੀ ਹੈ, ਇੰਨੀ ਸਿੰਪਲ ਕਿਉਂ ਹੈ, ਇਹ ਕਿਉਂ ਉਦਾਂ ਮਜ਼ਾਕ ਨਹੀਂ ਕਰਦੀ, ਇਹਦੇ ਮੋਬਾਈਲ ਚ ਸਭ ਕੁਛ ਕਿਉਂ ਨੀ ਜਿੱਦਾਂ ਬਾਕੀਆਂ ਚ ਹੈ। ਉਹਨੇ ਕਹਿੰਦਾ ਪੁੱਛਣਾ ਹੈ, ਉਹਦੇ ਮਗਰ ਗਿਆ,
पिछले वाई वाली बेटा मैं गल करनी चाहता मैं जी श्रीमान मैं क्या तू सब तो वक्री क्यों है इको ही शहर तो आए इको ही क्लास चो आए पर फिर भी तेरा बोलचाल तेरा रवैया बाकी वखरा है अपना वखरा सिस्टम रखो कभी इन्होंने एक उन्हें भी जिदा किया पादरी ने उन्होंने कड़ा कुछ कहा इतना तुम भी नहीं कहते फिर क्यों जेगा वक्री हिंदी सी लेकिन मैं पूछना चाहता इतना क्यों कर रही है मैं क्या मैं उत्या उसे शहर चुवाई है जितने मैं देख रही है उत एक सोना घर है और उस सोने घर एक जवान लड़का आया जिदी मैं मंगेतर आया जिन्हें मैंने वादा किया मैं जहाज के खंभा उत्ते आवांगा जहाज के खंभा जावांगा उसे लै जावांगा मेरे उदा वादा याद है उन्हें क्या है नहीं मैं उदा वादा करके आई मैं जब तक बाहर रवानी मैं तेरा वफादार रवानी उन्हें इतना वफादार है उतना वफादार है महामारी उठी है चिट्ठिया नहीं आ रही राजे वालों बस थोड़ा जा चिर होगा आवेगा कभी चिर नहीं लावेगा मेरा धर्मी बंदा निश्चय जीवेगा अपने अपने वादे लिए प्रार्थना जाइए अखा खोलो सब सिरा चुकाओ अखा बंद करो अपने हक प्रभु वाल उठाओ जी विश्वास कर दो वादे का परमेश्वर है कि उन्हें वादा पूरा नहीं किया उन्हें क्या तेरे सज्जे खब्बे हजारे निकल गए पर कोई बवा तेन छू नहीं पाएगी ऐसा ही होया और लॉकडाउन तो बाद सब कटे हुए ऐसा ही महाकलेश ओ हाल उस महिमा च कटे होवे और उसे भी यही कहे प्रभु तेरा धन्यवाद एक भी परमाणु मां टीकों तो पहला तू सू उठा लिया और नाम की बड़ियाई करो और महिमा करो और उन्हें एक प्रभु मैं अपने वादे से आना है ओ मैं ते प्रगट होया तो मेरे समय वादा रखिया होया मैं चेता कराया मैं बेदारी चाहना है मैं एकीकरण चाहना है मैं बोहाली चाहना है मैं थोड़ा मसा चाहना है ओ मैं जिस मर्जी हाथ च रवा पर मैं अपने मंगेतर वफादार रवानगी क्योंकि उन्हें बिना वादा किया मैं उतना वादा किया आत्मा इतनी है प्रभु की हजूरी इतने मौजूद है और संदेश निकलिया है और काम होया है
तेरी सामर्थ से फिर से तू अभिषेक कर दे, जावे इस पोस्ट गाने लिए फिर से वो आर बरसा दे। कि मैं देख सकता हूँ आखा आज भी अस्तर के अपने मकसद को पछाड़िया है तेरी महिमा से तेरी सामर्थ से ਚਾਹੁੰਦਾ ਸੀਗਾ ਪ੍ਰਭੂ ਇਹ ਮੇਰੀ ਮੰਗ ਸੀ ਕਿ ਤੂੰ ਜੋ ਕੰਮ ਤਿਆਰ ਕਰੀ ਉਹ ਪੁੱਤਰ ਆਤਮਾ ਲਈ ਧਿਆਈ ਹੋਣ ਵਿਆਹ ਕੋਈ
वो जान लैन की जरा खुदा सू महामारी तो छुड़ा सकता है, वो महाकलीश तो भी छुड़ा सकता है। प्रभु भी यहोवा और तेरा वादा है खुदा, मन क्यों तेरे लोग तेरे वादे तैयार तो कहे प्रभु जो सोचे कि जिदा तेन हो मम्मी एस्तर वांग पहले कपड़े जिंदा रहा हल्का जहा रिस्पोंस, पर इस मैसेज का किड्डा वड्डा रिस्पोंस है, किड्डे वड्डे वादे है कि मनुख का पुत्र खला चाहना चाहता है। प्रभु यीशु मसीह मैं विश्वास कर रहा जे तू संदेश दिता है जिथे लोग हज नजे वचन पूरा करना है प्रभु, और जिथे अजे तक नहीं होंगे तू तो नहीं सी होंगे ना प्रभु, जरूर कोई है जो इस दर्शन में पड़ेगा प्रभु तू बहुत तेरे नाल महिमा मिलेगी। जेडे बीमार हैं पिता वो तेरी हजूरी च आए उन्होंने तेरा वचन सुनिया उन्होंने चंगिया कर दे, सब मसले खत्म कर दे प्रभु, सब लड़ाई झगड़े और फालतू दी गल्लां खत्म कर दे। ओ हल्ले सब वादे उत्ते आई है, ओ जिदा अमराम प्रार्थना करता सी अब्राहम इसहाक याकूब दे परमेश्वर तेरा वादा सी इन्हां दे नाल उन्होंने पूरा हो लैंदे, और प्रभु तेरे नबी ने कहा एक दिन दूत उतर आया ने कहा तेरिया बेनतियां सुनिया गईया। हालेलुया ईजान दी आखिरी मीटिंग आया प्रभु, और कुछ तू करने वाला है, कुछ होएगा खुदा बहुत सारी संगति सब सेवक पाई ने सारे सहयोग और तेरा बहुत शाम की मीटिंग की दुआ कर दी प्रभु, तू परफेक्शन प्लस परफेक्शन है ओ हालेलुया, तू होर उंडे लेने वाला खुदा है प्रभु यीशु मसीह, तू मसा बधांदा है तू बरकत दे शाम होर भी वध के हो रहे भाई देठा मसा सचमुच नहीं जाइए कि भला होया जमा उत्तर कोई भी एक्सट्रा चीज ना लेंदे हुए सिर्फ बचन की ठीक वे ना लैश मसीह सारा बरकत दे सब मिले आमें। आमें। सब बैठ जाइए।